ਐਰਿਕ ਗਾਰਸੀਟੀ ਕਹਿੰਦੇ देयर आर ਅ ਫਿਊ ਪਲੇਸਿਸ ਇਨ ਦਾ ਵਰਲਡ ਥੈਟ ਆਰ ਟਰੂਲੀ ਸੇਕ੍ਰੇਡ ਸੱਚ ਮੁੱਚ ਜਿਹੜੇ ਪਵਿੱਤਰ ਨੇ ਦਾ ਗੋਲਡਨ ਟੈਂਪਲ ਇਜ਼ ਰਾਈਟ देयर ਐਟ ਦਾ ਟਾਪ ਆਫ ਥੈਟ ਲਿਸਟ ਤੁਸੀਂ ਜਦੋਂ ਇਸ ਦੇ ਪ੍ਰੈਜ਼ੈਂਟ ਚਾਹੁੰਦੇ ਹੋ ਤੁਸੀਂ ਸਿਰਫ ਇਸ ਥਾਂ ਦੀ ਪਵਿੱਤਰਤਾ ਨੂੰ ਹੀ ਮਹਿਸੂਸ ਨਹੀਂ ਕਰਦੇ ਬਟ ਹਾਊ ਜੈਨਰਸ ਸਰਵਿਸ ਆਫ ਦਾ ਪੀਪਲ ਡਿਫਾਈਨ ਨਾਟ ਓਨਲੀ ਦਾ ਵਰਲਡ ਐਜ਼ ਇਟ ਇਜ਼ but as it can be may the deep friendship between united states and the sikh always bring peace to our world ke is dosti di badolat jehdi hmm. badi dungi hai duniya de vich sadivi aman aaye is di vi shanti aaye with deep respect and friendship um, the message ta unna ne de deta hai ke sikh as a separate entity hmm. from the system of india ਅਮਰੀਕਾ ਦਾ ਐਮਬੈਸਡਰ ਨੂੰ ਰੈਕਗਨਾਈਜ਼ ਕਰਦਾ ਹੈ ਵਿਜ਼ਿਟ ਦੀ ਟਾਈਮਿੰਗ ਇੰਪੋਰਟੈਂਟ ਹੈ ਸੋ ਮੈਂ ਸਮਝਦਾ ਹਾਂ ਵੀ ਇਹ ਸਵੇੜੇ ਆਲਾ ਐਰਿਕ ਗਾਰਸੇਟੀ ਤਾਂ ਕਦੋਂ ਦਾ ਐਮਬੈਸਡਰ ਉੱਥੇ ਬਣਿਆ ਹੋਇਆ ਸਾਲ ਹੋ ਗਿਆ ਹੁਣ ਜੀ ਲੇਕਿਨ ਇਸ ਵੇੜੇ ਜਾਣਾ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਮੈਸੇਜ ਹੈ ਕਿ ਭਾਈ ਜਿਹੜਾ ਉਹ ਅਸੀਂ ਸਿੱਖ ਕੌਮ ਦੇ ਨਾਲ ਖੜੇ ਹਾਂ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇੰਡੀਆ ਇਜ਼ ਅ ਰੋਗ ਸਟੇਟ ਜਿਹੜਾ ਐਕਸਪੋਜ਼ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਦਾ ਦੂਸਰਾ ਫੇਜ਼ ਸ਼ੁਰੂ ਹੋਣ ਵੇਲੇ ਅਸੀਂ ਦੇਖਦੇ ਹਾਂ ਕਿ ਜਿਵੇਂ ਇੰਡੀਅਨ ਸਟੇਟ ਨੇ ਬਾਰਡਰ ਨੂੰ ਇੱਕ ਦੁਸ਼ਮਨ ਸਰਹੱਦ ਵਾਂਗ ਬਦਲਿਆ ਹੈ ਔਰ ਉਸ ਦਾ ਕੀ ਪ੍ਰਭਾਵ ਚੱਲ ਰਿਹਾ ਹੈ ਇਹ ਆਪਣੇ ਆਪ ਚ ਇੱਕ ਅਹਿਮਤਵਾਰੀ ਗੱਲ ਹੈ ਜਿਵੇਂ ਉਹਨਾਂ ਨੇ ਕਮਿਊਨੀਕੇਟ ਕੀਤਾ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਔਰ ਦੂਸਰਾ ਉਹਨਾਂ ਨੇ ਵੀ ਮੰਗ ਕੀਤੀ ਕਿ ਜੀ ਡਾਇਰੈਕਟ ਫਲਾਈਟ ਜਿਹੜੀ ਹੈ ਅਮਰੀਕਾ ਦੇ ਸ਼ਹਿਰਾਂ ਤੋਂ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਲਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਸਿੱਖਾਂ ਦੇ ਲਈ ਇਸ ਦੀ ਜਿਹੜੀ ਹੈ ਉਹ ਕਨਵੀਨੀਅੰਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਵਰਸ ਮਹਾ ਤੁਹਾਡੀ ਹੋਸਟ ਨੀਨਮਖੋਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚਾ ਸਾਚੇ ਵਿੱਚ ਜੜੇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਜਿਵੇਂ ਇਸੇ ਤਰ੍ਹਾਂ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਗੱਲਬਾਤ ਕਰਕੇ ਅੱਜ ਦੇ ਅਮਿਸ਼ੂ ਸੁਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਂਦਿਆਂ ਜੀਰਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਪਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ ਟੀ 4 ਦੇ ਵਿਊਰਸ ਤੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੜਣਾ ਪ੍ਰਾਵਾਂ ਨੂੰ ਅਸਲਾਮੁਅਲੈਕਮ ਤੇ ਗੰਗਾ ਜਮਨੀ ਤੇਹਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ ਰਾਜ ਸਭ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵੇਚਾ ਬਹੁਤ ਧੰਨਵਾਦ ਜੀ ਰਾਜ ਸਭ ਅੱਜ 22 ਫਰਵਰੀ 2024 16 ਫੱਗਣ ਨਾਨਕਸ਼ਹੀ ਸਮੰਤ 555 ਦਾ ਦਿਨ ਹੈ ਤੇਰਾ ਸਭ ਪ੍ਰੋਗਰਾਮ ਸ਼ੁਕਰਨ ਦੁਪਾਲਾ ਸਿਪੰਦਸ਼ਕਾਂ ਤੇ ਸ੍ਰੋਤਿਆ ਨੂੰ ਹਮੇਸ਼ਾ ਤਰ੍ਹਾਂ ਦਾ ਜ਼ਾਤੀ ਵੀਅਰ ਸੱਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰ ਦਾ ਇੱਕੋ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟ੍ਰਮ ਕੇਬਲ ਆਰਸਿੰਨ ਕੇਬਲ ਪਰਫੈਕਟ ਕਨੈਡਾ ਰੋਕੂ ਜਾਦੂ ਬਾਕਸ ਸ਼ਾਵਾਂ ਫੇਸਬੁਕ ਟੀਵੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ ਰਿਪੋਰਟ ਨੂੰ ਦੇਖ ਸਕਦੇ ਆ ਵਿਅਰਸ ਆ ਜੇ ਤੁਸੀਂ ਟੀਵੀ ਰਿਪੋਰਟ ਨਾਲ ਨੇ ਪ੍ਰੋਗਰਾਮ ਸੱਚੋ ਸਾਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਸਮਤਵਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੁਰੂਪ ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਜੀ ਕਿ ਤੁਸੀਂ ਟੀਵੀ ਰਿਪੋਰਟ ਦੇ ਐਪ ਨੂੰ ਐਂਡਰੋਇਡ ਐਂਡ ਐਪਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ ਰਿਪੋਰਟ ਦੀ ਲਾਈਵ ਸਟ੍ਰੀਮ ਹੈ ਸਾਨੂੰ ਤੁਸੀਂ 24 ਆਰਸ ਦੇਖ ਸਕਦੇ ਹੋ ਸੋ ਵਿਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਤੇ ਉਹਦੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸਾਚ ਨੂੰ ਸਪਾਂਸਰ ਸਪਾਂਸਰ ਕਲਗਰੀ ਤੋਂ ਵੀਰ ਨਵਤੇਜ ਸਿੰਘ ਜਰਵਲੋਂ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਟੀਵੀ ਜੀ 4 ਜਈਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਸਾਡੇ ਸਾਹਮਣੇ ਕਿਵੇਂ ਹਕੂਮਤਾਂ ਪ੍ਰੋਪਾਗੈਂਡਾ ਕਰਦੀਆਂ ਹਨ ਅਤੇ ਗੱਲ ਕੁਝ ਵੀ ਕੁਝ ਦੀ ਕੁਝ ਹੋ ਜਾਂਦੀ ਹੈ ਜੇ ਅਸੀਂ ਖੁਦ ਆਪਣੀ ਗੱਲ ਕਹਿਣ ਅਤੇ ਦੁਨੀਆ ਤੱਕ ਪਹੁੰਚਾਉਣ ਦੇ ਸਮਰੱਥ ਨਹੀਂ ਹੋਵਾਂਗੇ ਤਾਂ ਵਧੇਰੇ ਜੜੀ ਨਮੋਸ਼ੀ ਵਾਲੀ ਗੱਲ ਹੈ ਸੋ ਆਪਸੀ ਮਤਪੇਦਾਂ ਤੋਂ ਲੈ ਕੇ ਵਿੱਚਵਾੜੇ ਜਿਹੜੇ ਏਜੰਟਾਂ ਦੀਆਂ ਕਾਰਸਤਾਨੀਆਂ ਤੱਕ ਸਾਡੇ ਲਈ ਅੰਦਰੂਨੀ ਮਸਲੇ ਹੀ ਬੋਜ਼ ਵੱਡੇ ਬਣ ਰਹੇ ਹਨ ਸੋ ਸੰਸਥਾਵਾਂ ਮਜ਼ਬੂਤ ਕਰੀਏ 1947 ਵਾਲੀ ਦੁਬਾਰਾ ਨਾ ਹਾਲਤ ਹੋਵੇ ਸੋ ਅ ਦੀ ਸਪੌਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੁਰਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਆਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੌਂਸਰ ਕਰੋ ਸਪੌਂਸਰਸ਼ਿਪ ਲਈ ਤੁਹਾਨੂੰ ਕਾਰਕਾਰ ਸਦੇ ਸਾਡੇ ਫੋਨ ਨੰਬਰ ਤੇ 516 619 5984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਜਾਂ ਈਮੇਲ ਵੀ ਕਰ ਸਕਦੇ ਹੋ info@tv4tv.com ਤੇ ਸੋ ਵਿਊਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਭਾਰਤ ਵਿੱਚ ਐਮਬੈਸਡਰ 에릭 ਗਾਰਸਾਟੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਔਰ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਲੰਗਰ ਵਿੱਚ ਚੜੀਆਂ ਜਾ ਕੇ ਸੇਵਾ ਵੀ ਕੀਤੀ ਹੈ ਸੋ ਉਹਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਮਾਨ ਸਨਮਾਨ ਵੀ ਕੀਤਾ ਗਿਆ ਔਰ ਉਹਨਾਂ ਵੱਲੋਂ ਵਿਜ਼ਿਟ ਬੁੱਕ ਵਿੱਚ ਜੋ ਸਨੇਹਾ ਲਿਖਿਆ ਗਿਆ ਉਹ ਸਿੱਖ ਕੌਮ ਲਈ ਖਾਸ ਅਹਿਮਤ ਵਾਲਾ ਹੈ ਸੋ ਉਹਨਾਂ ਵੱਲੋਂ ਦਰਬਾਰ ਸਾਹਿਬ ਦੀ ਯਾਤਰਾ ਲਈ ਚੁਣਿਆ ਗਿਆ ਸਮਾਂ ਵੀ ਇੱਕ ਖਾਸ ਸੁਨੇਹਾ ਦਿੰਦਾ ਸੋ ਇਸ ਬਾਰੇ ਅੱਵਾ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੋਣ ਲਈ ਤੁਹਾਡਾ ਸਤਿ ਆਪਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸਬ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਦੇ ਅਸੀਂ ਵੀਰ ਨਵਤੇਜ ਸਿੰਘ ਜਿਹੜੇ ਕੈਲਗਰੀ ਨਿਵਾਸੀ ਨੇ ਅਲਬਰਟਾ ਸਟੇਟ ਕੈਨੇਡਾ ਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਪੈਣਾ ਮੀਡੀਆ ਦੀ ਅਹਿਮੀਅਤ ਨੂੰ ਅੱਜ ਦੇ ਕੰਟੈਕਸਟ ਦੇ ਵਿੱਚ ਅੱਜ ਦੇ ਪ੍ਰਸੰਗ ਦੇ ਵਿੱਚ ਜਿੱਥੇ ਕਿ ਨੈਰੇਟਿਵ ਜਾਂ ਬਰਤਾਂਤ ਹੀ ਡਿਸਾਈਡ ਕਰਦਾ ਹੈ ਕਿ ਕੌਣ ਜੇਤੂ ਹੋਏਗਾ ਇਸ ਦੀ ਅਹਿਮੀਅਤ ਨੂੰ ਸਮਝਦੇ ਨੇ टीवी 84 ਨੇ ਪਿਛਲੇ ਲਗਭਗ 12 ਸਾਲਾਂ ਚ ਪਾਵੇਂ ਅਜੇ ਵੀ ਸਾਡੇ ਬੇਬੀ ਸਟੈਪ ਨੇ ਬਿਲਕੁਲ ਲੇਕਨ ਇਸ ਚ ਕੋਈ ਸ਼ੱਕ ਨਹੀਂ ਹੈ ਕਿ ਪੰਥਕ ਹਲਕਿਆਂ ਦੇ ਵਿੱਚ ਔਰ ਦੁਸ਼ਮਨ ਦੇ ਹਲਕਿਆਂ ਦੇ ਵਿੱਚ টিভি 84 ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਔਰ ਦੁਸ਼ਮਨ ਨੇ ਤਾਂ ਸ਼ਾਇਦ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਕਿਉਂਕਿ ਪਿਛਲੇ ਲਗਭਗ 4 ਸਾਲ ਤੋਂ ਫੁੱਲੀ ਬਲਾਕ ਕੀਤਾ ਹੋਇਆ ਹੈ ਸਾਨੂੰ ਹੁਣ ਪਿਛਲੇ ਕਈ ਹਫ਼ਤਿਆਂ ਤੋਂ ਸਾਡੀਆਂ ਈਮੇਲਸ ਵੀ ਬਲੌਕ ਨੇ ਅਸੀਂ ਉਹ ਦੇਖ ਰਹੇ ਹਾਂ ਕਿਵੇਂ ਉਹਨਾਂ ਨੂੰ ਜਿਹੜਾ ਉਹ ਵਾਪਸ ਉਹੀ ਈਮੇਲਸ ਦੇ ਨਾਲ ਅਸੀਂ ਉਹਨਾਂ ਨੂੰ ਫੰਕਸ਼ਨਲ ਕਰ ਸਕੀਏ ਜੀ ਔਰ ਇਸੇ ਤਰ੍ਹਾਂ ਆਪਣੇਾਂ ਦੇ ਵਿੱਚ ਵੀ ਕਾਫੀ ਜਦੋਂ ਅਸੀਂ ਟ੍ਰੈਵਲ ਅਰਾਊਂਡ ਕਰਦੇ ਹਾਂ ਫਿਰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸਾਡਾ ਟੀਵੀ 84 ਪਰਿਵਾਰ ਕਿੰਨਾ ਵਿਸ਼ਾਲ ਜਾਂ ਵੱਡਾ ਹੋ ਚੁੱਕਾ ਹੈ ਔਰ ਉਸ ਨੂੰ ਜਿਹੜਾ ਉਹ ਮੈਸੇਜ ਟੀਵੀ 84 ਦਾ ਕਾਫੀ ਵੱਡੀ ਗਿਣਤੀ ਤੱਕ ਪਹੁੰਚਦਾ ਹੈ ਲੇਕਿਨ ਅਜੇ ਵੀ ਅਸੀਂ ਸਮਝਦੇ ਹਾਂ ਕਿ ਬਹੁਤ ਕਮ ਹੋਣ ਵਾਲਾ ਹੈ ਬਿਸ਼ੱਕ ਪੋਲਿਟੀਕਲ ਅਵੇਅਰਨੈਸ ਵੀ ਪੈਦਾ ਹੋਈ ਹੈ ਹੁਣ ਦੂਸਰੇ ਜਿਹੜੇ ਕੁਝ ਸਮਾਂ ਪਹਿਲਾਂ ਤੱਕ ਆਪਣੇ ਆਪ ਨੂੰ ਨਿਊਟਰਲ ਕਹਿ ਕੇ ਜਿਹੜਾ ਉਹ ਖਾਲਸਤਾਨ ਦੇ ਮੁੱਦੇ ਤੋਂ ਭੱਜਦੇ ਸੀ ਉਹ ਵੀ ਹੁਣ ਖਾਲਸਤਾਨ ਦੀ ਗੱਲ ਕਰਨ ਲੱਗੇ ਨੇ ਕਿਉਂਕਿ ਉਹਨਾਂ ਨੂੰ ਮਾਰਕੀਟ ਨਜ਼ਰ ਆ ਰਹੀ ਹੈ ਹੂੰ ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਵੇਂ ਨਿਡਰਤਾ ਆਈ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਚੱਲਦਾ ਪਤਾ ਨਹੀਂ ਕਦੋਂ ਦਾ ਰਿਹਾ ਸੀ ਗੱਲ ਤਾਂ ਇਹ ਹੈ ਕਿ ਚੋਰ ਤਾਂ ਉਦੋਂ ਹੀ ਆਇਡੈਂਟੀਫਾਈ ਹੋਇਆ ਜਦੋਂ ਫੜਿਆ ਗਿਆ ਕਿੰਨੀਆਂ ਚੋਰੀਆਂ ਪਹਿਲਾਂ ਕੀਤੀਆਂ ਨੇ ਅੱਜ ਹੀ ਮੇਰੀ ਯੂਰਪ 'ਚ ਗੱਲ ਹੋ ਰਹੀ ਸੀ ਮੈਂ ਗੱਲ ਕਰਾਂਗਾ ਤੇ ਪਤਾ ਲੱਗਾ ਕਿ ਭਾਈ ਇਹ ਤਾਂ ਇਵਨ 2006 ਦੇ ਵਿੱਚ ਵੀ ਉਹਨਾਂ ਨੇ ਆਪਣੇ ਏਜੰਟਾਂ ਰੱਖੇ ਉੱਥੇ ਜਿਹੜੇ ਰਬੇਰੋ ਕਾਂਡ ਦੇ ਵਿੱਚ ਨੌਜਵਾਨ ਸੰਨ ਉਹਨਾਂ ਦੇ ਉੱਤੇ ਅਟੈਕ ਕਰਵਾਇਆ ਸੀ ਹਾਲਾਂ ਇਵਨ 에ਅਰ ਇੰਡੀਆ ਦਾ ਕੇਸ ਵੀ ਅੱਜ ਜੀ ਮੇਰਾ ਆਲਮੋਸਟ ਇੱਕ ਘੰਟੇ ਦਾ ਪੋਡਕਾਸਟ ਜਿਹੜਾ ਸਤਲੁਜ ਟੀਵੀ ਦੇ ਮਿਸਟ੍ਰੈਂਗਸ ਕੋਟ ਜਿਹੜੇ ਐਂਕਰ ਨੇ ਯੂਕੇ ਬੇਸਡ ਉਹਨਾਂ ਦੇ ਨਾਲ ਹੋਇਆ ਆਉਣ ਵਾਲੇ ਦਿਨਾਂ ਚ ਅਸੀਂ ਉਹਦਾ ਲਿੰਕ ਜਦੋਂ ਉਹਨਾਂ ਨੇ ਅਪਲੋਡ ਕੀਤਾ ਅਸੀਂ ਵੀ ਸ਼ੇਅਰ ਕਰਾਂਗੇ ਅੱਛਾ ਔਰ ਉਹਦੇ ਵਿੱਚ ਮੈਂ ਕਿਹਾ ਵੀ ਸਾਡੇ ਅਜੇ ਵੀ ਸਿੱਖ ਵੀਰ ਪੈਣਾ ਡਰਦੇ ਨੇ ਇਹ ਕਹਿਣ ਤੋਂ ਪਰ ਕੋਈ ਮੈਨੂੰ ਗਰੇਜ਼ ਨਹੀਂ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੱਕ ਨਵੀਂ ਟਰਮ ਜਿਹੜੀ ਕਿ ਇਸ ਵੇਲੇ ਕਾਫੀ ਡਿਸਕਸ ਹੋ ਰਹੀ ਹੈ ਵੀ 1985 ਦੇ ਵਿੱਚ 1985 ਚ ਜੋ 에ਅਰ ਇੰਡੀਆ ਦਾ ਡਿਜ਼ਾਸਟਰ ਤਨਿਸ਼ਕਾ ਜਹਾਜ਼ ਦਾ ਕਰਾਇਆ ਗਿਆ ਉਹ ਕਿਦਾਂ ਕੰਮ ਸੀ ਉਹ ਵਰਸਟ ਜਿਹੜਾ ਦੁਨੀਆ ਦੇ دہشتਗਰਦ ਮੂਵਮੈਂਟਸ ਦੇ ਇਤਿਹਾਸ ਦਾ ਵਰਸਟ ਕਾਂਡ ਔਰ ਇੱਕ ਕਾਂਡ ਦੇ ਨਾਲ ਉਹਨਾਂ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ دہشتਗਰਦੀ ਦੇ ਖਾਤੇ 'ਚ ਪਾ ਦਿੱਤਾ ਸੋ ਇਹ ਕੋਈ ਨਵਾਂ ਨਹੀਂ ਹੈ ਕਿ ਭਈ ਇਹ ਹੈ ਕਿ ਭਈ ਉਹ ਔਰ ਉਦਾ ਸਬੂਤ ਜਿਵੇਂ ਸੌਫਟ ਟਾਰਗੇਟ ਕਿਤਾਬ ਦੋ ਜਿਹੜੇ ਬڑے ਕ੍ਰੈਡੀਬਲ ਜਰਨਲਿਸਟਸ ਗਲੋਬ ਐਂਡ ਮੇਲ ਟਰਾਂਟੋ ਸਟਾਰ ਦੇ ਉਹਨਾਂ ਨੇ ਲਿਖੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਇਸ ਦਾ ਠੀਕ ਦੋਸ਼ੀਆਂ ਨੂੰ ਲੱਭਣਾ ਹੈ ਤੇ ਰੀਡ ਕਰੋ ਔਟਵਾ ਔਰ ਟਰਾਂਟੋ ਔਰ ਵੈਂਕੂਵਰ ਦੇ ਇੰਡੀਅਨ ਕੌਂਸੂਲੇਟਸ ਦੇ ਵਿੱਚ ਸਾਰੇ ਜਿੰਨੇ ਫਿੰਗਰਪ੍ਰਿੰਟ ਨੇ ਸਾਰੇ ਉੱਥੇ ਹੀ ਜਾਣਗੇ ਔਰ ਉੱਥੋਂ ਹੀ ਜਿਹੜੇ ਨੇ ਫੁੱਟਸਟੈਪ ਉਧਰ ਨੂੰ ਹੀ ਜਾਣਗੇ ਔਰ ਉੱਥੇ ਹੀ ਰੀਅਲ ਕਾਪਰੇਟ ਬੈਠੇ ਹੋਏ ਨੇ ਬਿਲਕੁਲ ਔਰ ਇਹ ਕੰਮ ਚੱਲਦਾ ਰਿਹਾ ਪਤਾ ਨਹੀਂ ਕਿੱਥੇ ਕਿੱਥੇ ਕਿਸ-ਕਿਸ ਲੈਵਲ ਤੇ ਕਿੰਨੀਆਂ ਮੌਤਾਂ ਦੇ ਲਈ ਹੈ ਜ਼ਿੰਮੇਵਾਰ ਨੇ ਲੇਕਿਨ ਅਸੀਂ ਥੈਂਕਫੁਲ ਹੈ ਜਸਟਨ ਟਰੂਡੋ ਦੇ ਕਿ ਜਦੋਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਿਡ ਮਰਡਰ ਹੁੰਦਾ ਹੈ ਜੇ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ 'ਚ ਇਹ ਵੀ ਆਪਣੇ ਆਪ 'ਚ ਇੱਕ ਯੂਨੀਕ ਕਾਮਯਾਬੀ ਦੀ ਗੱਲ ਹੈ ਕਿ ਕਿਸੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਪਬਲਿਕ ਪਲੈਟਫਾਰਮ ਦੇ ਉੱਤੇ ਪਾਰਲੀਮੈਂਟ ਬਹੁਤ ਵੱਡਾ ਪਲੈਟਫਾਰਮ ਹੁੰਦਾ ਹੈ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਬਰੀਫ ਕੀਤਾ ਇਹਨੂੰ ਨੈਸ਼ਨਲ ਸਿਕਿਉਰਿਟੀ ਇਸ਼ੂ ਬਣਾਇਆ ਔਰ ਬੇਸ਼ੱਕ ਭਾਰਤ ਨੇ ਜਿਸ ਹੱਦ ਤੱਕ ਜਾ ਕੇ ਕੈਨੇਡਾ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਖਾਸ ਤੌਰ ਤੇ ਜਸਟਨ ਟਰੂਡੋ ਦੀ ਕੈਰੈਕਟਰ ਅਸੈਸੀਨੇਸ਼ਨ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਉਸ ਤੋਂ ਬਾਅਦ ਸੈਕੰਡ ਪਾਰਟ ਅਸੀਂ ਫਿਰ ਦੇਖਦੇ ਹਾਂ ਜਦੋਂ ਅਮਰੀਕਾ ਨੇ 29 ਨਵੰਬਰ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਨਿਖਲ ਗੁਪਤਾ ਦੇ ਖਿਲਾਫ 15 ਸਫਿਆਂ ਦੀ ਇੰਡਾਈਕਟਮੈਂਟ ਫਾਈਲ ਕੀਤੀ ਦਾਇਰ ਕੀਤੀ ਤੇ ਫਿਰ ਸਾਹਮਣੇ ਆਇਆ ਕਿ ਭਾਈ ਇਹ ਕਿੰਨਾ ਵੱਡਾ ਪਲਾਟ ਤੇ ਕਿਸ ਲੈਵਲ ਦੇ ਉੱਤੇ ਹੁਣ ਇਸ ਦੀ ਚਾਰਜ ਫੇਰੇ ਚਰਚਾ ਹੈ ਪਾਰਲੀਮੈਂਟਸ ਦੇ ਵਿੱਚ ਸਵਾਲ ਨੇ ਅਮਰੀਕਾ ਚ ਦੋ ਬਰੀਫਿੰਗ ਸੈਨੇਟ ਔਰ ਕਾਂਗਰਸ ਚ ਹੋਈਆਂ ਥਰਡਲੀ ਯੂ ਐਸ ਕਾਂਗਰੈਸ਼ਨਲ ਸਿਕ ਕਾਕਸ ਨੇ ਕੀਤੀ ਹੁਣ ਇਸ ਸਭ ਦੇ ਚੱਲਦੇ ਆ ਜਿੱਥੇ ਇਹ ਐਕਸਪੋਜ਼ ਹੋਈ ਰੌਗ ਸਟੇਟ ਇੰਡੀਆ ਉਥੇ ਖਾਲਸਤਾਨ ਦਾ ਮੁੱਦਾ ਵੀ ਉੱਬਰ ਕੇ ਸਾਹਮਣੇ ਆਇਆ ਔਰ ਉਸ ਦੀ ਜਿਹੜੀ ਸਟਰੈਂਥ ਹੈ ਜੇ ਉਸ ਨੂੰ ਕੋਈ ਕੋਈ ਮੈਸ਼ਰ ਕਰਨ ਦਾ ਜਾਂ ਮਾਪਣ ਤੋਲਣ ਦਾ ਪੈਮਾਨਾ ਹੈ ਤੇ ਉਹ ਫਿਰ ਖਾਲਸਤਾਨ ਰੈਫਰੰਡਮ ਨਹੀਂ ਹੈ ਵੋਟਾ ਨਹੀਂ ਉਹ ਅਸੀਂ ਦੇਖਿਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹਦਾ ਮਕਸਦ ਡਰਾਣਾ ਹੁੰਦਾ ਹੈ ਡਰਾ ਕੇ ਚੁੱਪ ਕਰਾਉਣਾ ਹੁੰਦਾ ਹੈ ਲੈਸਨ ਫਾਰ ਦਾ ਆਦਰਸ ਹੁੰਦਾ ਹੈ ਲੇਕਿਨ ਜਿਹੜੀ ਸਿੱਖ ਕੌਮ ਦਾ ਦੀ ਮਿੱਟੀ ਹੈ ਉਸ ਦਾ ਜਿਹੜਾ ਖਮੀਰ ਹੈ ਉਹ ਤਾਂ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸਵਾਏ ਹੋਏ ਉਹਦੇ ਚ ਰਿਜ਼ੀਲੀਅੰਸ ਨਿਕਲੀ ਹੈ ਸੋ ਇਹਦੇ ਚ ਅੱਜ ਜਿੱਥੇ ਦੁਨੀਆ ਚ ਸਿੰਪਥੀ ਹੈ ਪਰ ਅਜੇ ਤੱਕ ਵੀ ਸਾਡਾ ਵਰਤਾਂਤ ਜਾਂ ਸਾਡਾ ਨੈਰੇਟਿਵ ਬਹੁਤ ਲੋਅਰ ਲੈਵਲ ਦੇ ਉੱਤੇ ਹੈ ਔਰ ਮੈਨੂੰ ਖੁਸ਼ੀ ਹੈ ਕਿ ਜਿਵੇਂ ਸਤਲੁਜ ਟੀਵੀ ਨੇ ਬਹੁਤ ਸਾਰੇ ਜਿਹੜੇ ਨੇ ਇੰਗਲਿਸ਼ ਸਪੀਕਿੰਗ ਐਂਕਰਸ ਔਰ ਬ੍ਰਾਡਰ ਆਪਣਾ ਦਾਇਰਾ ਕਾਰ ਕੀਤਾ ਕਿ ਹੁਣ ਉਹ ਵਕਤ ਵੀ ਆ ਗਿਆ ਹੈ ਕਿ ਜਿੱਥੇ ਅਸੀਂ ਇੱਕ ਪਾਸੇ ਤਾਂ ਆਪਣੇ ਲੋਕਾਂ ਦੇ ਨਾਲ ਜੋ ਕਮਿਊਨੀਕੇਟ ਕਰਦੇ ਉਹ ਤਾਂ ਹੈ ਹੀ ਹੈ ਉਹ ਰਹਿਣਾ ਵੀ ਚਾਹੀਦਾ ਔਰ ਹਮੇਸ਼ਾ ਉਹ ਹੋਏਗਾ ਹੀ ਲੇਕਿਨ ਵੱਡੀ ਕਰਾਊਡ ਤੱਕ ਪਹੁੰਚਣ ਲਈ ਬਜਾਏ ਕਿ ਅਸੀਂ ਦੂਸਰਿਆਂ ਦੇ ਉੱਤੇ ਹੀ ਡਿਪੈਂਡ ਕਰੀਏ ਕਿ ਉਹ ਸਾਡੇ ਲਈ ਨੈਰੇਟਿਵ ਸੈੱਟ ਕਰਨ ਸਾਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਇੰਗਲਿਸ਼ ਮੀਡੀਆ ਹੈ ਉਸ ਨੂੰ ਬਿਲਡ ਕਰਨ ਦੀ ਲੋੜ ਹੋਏਗੀ ਔਰ ਇਹੀ ਮੈਸੇਜ ਨਵਤੇਜ ਸਿਕੋਰਾ ਨੇ ਦਿੱਤਾ ਹੈ ਕਿ ਭਾਈ ਜਿਹੜੇ ਆਦਾਰੇ ਇਸ ਪਾਸੇ ਕੰਮ ਕਰਦੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਏ ਜੀ ਫਿਰ ਜਿਹੜੇ ਖਾਮ ਖਾਦੇ ਮੁੱਦੇ ਲਿਆ ਕੇ ਤੁਹਾਡੇ ਵਿੱਚ ਮਾਰੇ ਜਾਂਦੇ ਨੇ ਉਹਨੂੰ ਮੈਂ ਅੰਗਰੇਜ਼ੀ ਵਿੱਚ ਮੰਕੀ ਰੈਂਚ ਕਹਿੰਦਾ ਕਿ ਵੀ ਤੁਸੀਂ ਉਹ ਤੁਹਾਡੇ ਤੁਸੀਂ ਦੌੜ ਰਹੇ ਹੋ ਤੁਹਾਡੇ ਰਾਹ 'ਚ ਮੰਕੀ ਰੈਂਚ ਸੁੱਟਿਆ ਜਾਂਦਾ ਤੁਸੀਂ ਉਹਦੇ ਤੇ ਹੀ ਚੜਨ ਉਤਰਨ ਲੱਗ ਜਾਂਦੇ ਹੋ ਔਰ ਇਹ ਸਾਡੀ ਇੱਕ ਕਮਜ਼ੋਰੀ ਹੈ ਵੱਡੀ ਕਿ ਉਹ ਇਸ਼ੂ ਪਾਵੇਂ ਨਾ ਵੀ ਇਸ਼ੂ ਹੋਏ ਔਰ ਸੋਸ਼ਲ ਮੀਡੀਆ ਜਦੋਂ ਜਿਹਨੂੰ ਮੈਂ ਹਮੇਸ਼ਾ ਡਬਲ ਐਜਡ ਸਵਾਰਡ ਕਹਿੰਦਾ ਦੋ ਤਾਰੀ ਤਲਵਾਰ ਇੱਕ ਪਾਸੇ ਜਾਣਕਾਰੀ ਮਹੀਆ ਹੁੰਦੀ ਹੈ ਦੂਸਰੇ ਪਾਸੇ ਮਿਸ ਇਨਫੋਰਮੇਸ਼ਨ ਜਾਂ ਡਿਸ ਇਨਫੋਰਮੇਸ਼ਨ ਹੈ ਉਹਦੇ ਥੱਲੇ ਵੀ ਅਸੀਂ ਉਲਝੇ ਹੁੰਦੇ ਆਂ ਔਰ ਇਹ ਠੀਕ ਹੈ ਕਿ ਅੱਜ ਜਿਸ ਮੋਹਾਣੇ ਦੇ ਉੱਤੇ ਅਸੀਂ ਖੜੇ ਆਂ ਅਜੇ ਜ਼ੁਲਮ ਦਾ ਬੜਾ ਜ਼ਬਰਦਸਤ ਚੈਪਟਰ ਭਾਰਤੀ ਦੀ ਹਕੂਮਤ ਨੇ ਜਿਹੜਾ ਉਹ ਅਨਫੋਲਡ ਕਰਨਾ ਹੈ ਪੰਜਾਬ ਦੇ ਵਿੱਚ ਵੀ ਭਾਵੇਂ ਉਹ ਕਿਸਾਨਾਂ ਨੂੰ ਕੁੱਟਣ ਦੇ ਨਾਂ ਥੱਲੇ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਕਿਸਾਨ ਜਾਂ ਦੂਸਰਾ ਮਤਲਬ ਦਾ ਹੈ ਵੀ ਸੱਖਾਂ ਦੇ ਨਾਲ ਹੀ ਲੜਾਈ ਹੈ ਹਮ ਤੇ ਇਸ ਸਾਰੇ ਦੇ ਵਿੱਚ ਓਪਰਚ्युनिटी ਵੀ ਜਦੋਂ ਅਸੀਂ ਕਹਿੰਦੇ ਆਂ ਵੀ ਖਾਲਿਸਤਾਨ ਦਸਤਕ ਦੇ ਰਿਹਾ ਹੈ ਉਹ ਤੁਸੀਂ ਸਰਕਮਸਟਾਂਸਸ ਤੇ ਬੇਸ ਜਾਂ ਓਵਰਆਲ ਜਿਹੜੀ ਇੱਕ ਫਜ਼ਾ ਦੇ ਵਿੱਚ ਜੋ ਹੁੰਦਾ ਉਹਨੂੰ ਮਹਿਸੂਸ ਕਰਦੇ ਹੋ ਪਰ ਓਪਰਚ्युनिटीज ਵੀ ਗ੍ਰੈਬ ਕੀਤੀਆਂ ਜਾਂਦੀਆਂ ਓਪਰਚ्युनिटीज ਆਂਦੀਆਂ ਨੇ ਪਰ ਖੁਦ ਆਕੇ ਉਹ ਤੁਹਾਨੂੰ ਨਹੀਂ ਚੰਬੜ ਜਾਂਦੀਆਂ ਤੁਹਾਨੂੰ ਹੱਥ ਅੱਗੇ ਵਧਾ ਕੇ ਉਹਨਾਂ ਨੂੰ ਗ੍ਰੈਬ ਕਰਨਾ ਪੈਂਦਾ ਤੇ 47 ਦੇ ਪੀਰੀਅਡਸ ਵੀ ਉਹ ਓਪਰਚ्युनिटी ਸੀ ਸੈਕੰਡ ਵਰਲਡ ਵਾਰ ਚ ਅੰਗਰੇਜ਼ ਇਹਨਾਂ ਇੱਕ ਕਰਜ਼ਾਈ ਹੋ ਗਏ ਬ੍ਰਿਟਿਸ਼ ਕਿ ਉਹਨਾਂ ਨੇ ਛੱਡਣੇ ਛੱਡੇ ਸੀ ਮੁਰਕ ਅਗਲੇ 15 ਸਾਲਾਂ ਚ ਉਹਨਾਂ ਨੇ 60 ਮੁਰਕ ਜਿਹੜੇ ਉਹਨਾਂ ਨੇ ਬਸਤੀਆਂ ਬਣਾਇਆ ਹੋਏ ਸੀ ਛੱਡੇ ਔਰ ਉਸ ਓਪਰਚ्युनिटी ਨੂੰ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਗ੍ਰੈਬ ਕੀਤਾ ਔਰ 23 ਮਾਰਚ 1940 ਨੂੰ ਲਾਹੌਰ ਰੈਜ਼ੋਲੂਸ਼ਨ ਹੁੰਦਾ ਹੈ ਔਰ ਆਲਮੋਸਟ 7 ਸਾਲ ਬਾਅਦ ਪਾਕਿਸਤਾਨ ਇੱਕ ਰਿਐਲਿਟੀ ਬਣ ਜਾਂਦਾ ਹੈ ਜੀ ਲੇਕਿਨ ਇਸ ਦੇ ਉਲਟ ਜਿਹੜੇ 1849 ਤੱਕ ਇੱਕ ਵੱਡੇ ਸਿੱਖ ਐਮਪਾਇਰ ਨੂੰ ਦੇ ਵਾਰਿਸ ਸੀ ਉਹਨਾਂ ਦੇ ਕੋਲ ਓਪਰਚ्युनिटी ਜਿੱਥੇ ਕਿ ਉਹ ਇੱਕ ਸੈਪਰੇਟ ਐਨੈਕਟਰੇਟ ਵੀ ਉਹਨਾਂ ਦਾ ਰੈਕਗਨਾਈਜ਼ ਕੀਤਾ ਗਿਆ ਸੀ ਆਨੰਦ ਮੈਰਿਜ ਐਕਟ 1909 ਦੇ ਥੱਲੇ ਸਾਡੀ ਵਕਰੀ ਹੋਂਦ ਵੀ ਸੀ ਸਾਡੀ ਰਿਪਰੈਜੈਂਟੇਸ਼ਨ ਅਸੀਂ ਪਾਵੇਂ 2% ਸੀ ਫੌਜ ਦੇ ਵਿੱਚ 22-23% ਸੀ ਦੋ ਵਰਲਡ ਵਾਰਸ ਦੀ ਲੇਗੇਸੀ ਵੀ ਸੀ ਅਦਰਵਾਈਜ਼ ਵੀ ਜਿਹੜਾ ਸਾਡਾ ਕਲੇਮ ਸੀ ਔਰ ਇਸ ਸਭ ਨੂੰ ਅਸੀਂ ਕਿਸੇ ਓਪਰਚੁਨਿਟੀ ਦੇ ਵਿੱਚ ਨਹੀਂ ਬਦਲ ਸਕੇ ਨਤੀਜੇ ਦੇ ਤੌਰ ਦੇ ਤੌਰ ਤੇ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਬ੍ਰਾਹਮਣਵਾਦੀਆਂ ਦੀ ਗੁਲਾਮੀ ਚ ਆਫਸੇ ਸੋ ਅੱਜ ਵੀ ਇਹ ਨਹੀਂ ਹੈ ਕਿ ਕੋਈ ਕਾਉਂਟਰ ਨੈਰੇਟਿਵ ਨਹੀਂ ਚੱਲ ਰਿਹਾ ਤੁਸੀਂ ਜੇ ਦੇਖੋਗੇ ਅਜੇ ਵੀ ਕਿਸ ਕਿਸਮ ਦੇ ਧੁੰਮ ਛੱਲੇ ਕਿਹੜੇ ਲੋਕ ਕਿੱਥੇ ਲਿਆ ਕੇ ਬਿਠਾਏ ਹੋਏ ਨੇ ਕਿਵੇਂ ਈਵਨ ਦੁਸ਼ਮਣ ਕਿਸ ਹੱਦ ਤੱਕ ਮਾਰ ਕਰਦਾ ਉਹ ਤੁਸੀਂ ਦੇਖੋਗੇ ਕਿ ਜਿਹੜੀਆਂ ਡਿਫੈਕਸ਼ਨਸ ਇੱਕ ਪਾਰਟੀ ਤੋਂ ਦੂਜੀ ਪਾਰਟੀ ਅੱਜ ਭਾਜੀਪੀ ਨੂੰ ਕੋਈ ਕਿਸੇ ਵੇਲੇ ਭਾਜੀਪੀ ਜਾਂ ਜਿਹਦਾ ਪਹਿਲਾ ਅਵਤਾਰ ਭਾਰਤੀ ਜਨ ਸੰਘ ਸੀ ਕੋਈ ਸਿੱਖ ਦੇ ਨੇੜੇ ਜਾਣ ਦੀ ਸੋਚ ਵੀ ਨਹੀਂ ਸੀ ਸਕਦਾ ਇਹਨਾਂ ਨੂੰ ਦੀਵਾ ਮਾਰਕਾ ਕਹਿੰਦੇ ਸੀ ਕਿਉਂਕਿ ਭਾਰਤੀ ਜਨ ਸੰਘ ਦਾ ਜਿਹੜਾ ਚੋਣ ਨਿਸ਼ਾਨ ਹੈ ਹੁਣ ਤਾਂ ਕਮਲ ਦਾ ਫੁੱਲ ਬਣ ਗਿਆ ਇਹ ਦੀਵਾ ਹੁੰਦਾ ਸੀ ਤੇ ਉਹਨੂੰ ਕਿਸੇ ਨੂੰ ਘਟਿਆ ਜਾਂ ਬੰਦਾ ਕਹਿਣਾ ਉਹਨੂੰ ਵੀ ਦੀਵਾ ਮਾਰਕਾ ਕਹਿੰਦੇ ਸੀ ਇਸ ਲੈਵਲ ਦੇ ਉੱਤੇ ਸੀ ਅੱਜ ਤੁਸੀਂ ਦੇਖੋਗੇ ਕਿ ਕਿੰਨੀਆਂ ਵੱਡੀਆਂ 10-10 ਮੀਟਰ ਦੀਆਂ ਪੱਗਾਂ ਵਾਲੇ ਪੱਗੜ ਬਨ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਔਰ ਕਿਸ ਨਸਲ ਦੇ ਲੋਕ ਉਹਨਾਂ 'ਚ ਬੈਠੇ ਨੇ ਸੋ ਇਹ ਅਜੇ ਵੀ ਜਿਹੜਾ ਉਹਨਾਂ ਦਾ ਜ਼ੋਰ ਹੈ ਆਉਣ ਵਾਲੇ ਪੀਰੀਅਡ 'ਚ ਉਹ ਹੋਰ ਵੀ ਜਿਵੇਂ ਉਹਨਾਂ ਨੇ ਅਗਰ ਭਾਜਪੀ ਨੇ ਦੋਨਾਂ ਸਟੇਟਾਂ ਦੇ ਵਿੱਚ ਕਰਨਾਟਕ ਦੇ ਵਿੱਚ ਯੂਪੀ ਦੇ ਵਿੱਚ ਜੀ ਔਰ ਹਿਮਾਚਲ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਹਥਿਆਈਆਂ ਨੇ ਕਿਵੇਂ 6 ਐਮਐਲਏ ਜਿਹੜੇ ਨੇ ਹਿਮਾਚਲ ਦੇ ਉਹਨਾਂ ਨੂੰ ਪਾਸੇ ਲਾ ਜਾ ਕੇ ਆਪਣਾ ਉਮੀਦਵਾਰ ਜਿਹੜਾ ਉਹ ਰਾਜ ਸਭਾ ਦਾ ਜਿਤਾ ਰਿਆ ਉਹਨਾਂ ਦੀ ਹਕੂਮਤ ਵੀ ਹੋ ਸਕਦਾ ਹੈ ਇਹ ਮਾਤਲ ਦੀ ਕਾਂਗਰਸ ਦੀ ਜਾਂਦੀ ਲੱਗੇ ਯੂਪੀ ਦੇ ਵਿੱਚ ਅਸੀਂ ਦੇਖਦੇ ਆ ਕਿ 6 ਐਮਐਲਏ ਅਖੀ ਲੇਖ ਅਖੀ ਲੇਖ ਯਾਦਵ ਦੀ ਪਾਰਟੀ ਦੇ ਉਡਾ ਕੇ ਉਹਨਾਂ ਨੇ ਆਪਣਾ ਇੱਕ ਜਿਹੜਾ ਜਿਹੜੇ 8 ਜਿੱਤਨੇ ਸੀ 9 ਜਿਤਾਏ ਨੇ ਸੋ ਉਹਨਾਂ ਦੇ ਕੋਲ ਸਰਕਾਰਾਂ ਦੇ ਕੋਲ ਔਰ ਜਿਸ ਘਟਿਆ ਹੱਦ ਤੱਕ ਜਾ ਕੇ ਇਹ ਹਕੂਮਤ ਪ੍ਰੈਸ਼ਰਾਈਜ਼ ਕਰਦੀ ਹੈ ਉਹ ਕਿਸੇ ਹੱਦ ਤੱਕ ਵੀ ਉਹ ਜਾ ਸਕਦੇ ਨੇ ਔਰ ਸਾਡਾ ਤਾਂ ਇੱਕ ਤਬਕਾ ਵੈਸੇ ਹੀ ਵਿਕਣ ਲਈ ਤਿਆਰ ਤਿਆਰ ਰਹਿੰਦਾ ਜਿਵੇਂ ਅਸੀਂ ਕੱਲ ਉਹਦਾ ਜਿਹੜਾ ਗੱਲ ਕੀਤੀ ਕਿ ਅਮਰੀਕਾ ਦੇ ਵੀ ਜਿਹੜਾ ਭਾਰਤ ਦਾ ਐਮਬੈਸਡਰ ਸੰਧੂ ਹ ਉਹ ਐਮਪੀ ਦਾ ਕੈਂਡੀਡੇਟ ਹੋ ਸਕਦਾ ਅੱਜ ਆਲਮੋਸਟ ਸਰਟਨਟੀ ਨਾਲ ਆਇਆ ਔਰ ਯੂਕੇ ਤੋਂ ਸਾਡੇ ਇੱਕ ਵੀਰ ਕਾਲ ਕਰਦੇ ਨੇ ਉਹਨਾਂ ਦੀ ਕਾਲ ਆਈ ਕਹਿਣ ਲੱਗੇ ਜੀ ਬੜਾ ਵੱਡਾ ਗद्दार ਨਿਕਲਿਆ ਮੈਂ ਕਿਹਾ ਜੀ ਹੁਣ ਸਰਦਾਰ ਵੀ ਵੱਡੇ ਨੇ ਤੇ ਗद्दार ਵੀ ਵੱਡੇ ਹੋਣੇ ਨੇ ਮੈਂ ਕਿਹਾ ਵੀ ਇਹਦੇ ਕੋਲ ਭੇਤ ਨਹੀਂ ਹੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੋ ਅਮਰੀਕਾ ਦੇ ਵਿੱਚ ਇਹਨਾਂ ਨੇ ਕਰਨਾ ਸੀ ਜੋ ਕੈਨੇਡਾ ਦੇ ਹਰਦੀਪ ਸਿੰਘ ਨੇ ਜਰਦਾ ਕੀਤਾ ਇਹ ਉਹਦਾ ਅਜੇ ਤਾਂ ਉਹਦੀ ਰਿਟਾਇਰਮੈਂਟ ਦੇ ਦਸਕਤ ਕੀਤੇ ਹਿੰਦੀ ਸਿਆਹੀ ਵੀ ਨਹੀਂ ਸੁੱਕੀ ਹੈ ਜਿਸ ਲੈਵਲ ਦਾ ਉਹਨੂੰ ਹਾਈ ਪ੍ਰੋਫਾਈਲ ਲਿਆ ਕੇ ਇਵੇਂ ਹੀ ਹੁੰਦਾ ਕਿ ਵੀ ਤੁਸੀਂ ਜਿਹੜਾ ਕਿਉਂਕਿ ਹੋ ਨਹੀਂ ਸਕਦਾ ਵੀ ਉਹਨੂੰ ਪਤਾ ਨਾ ਹੋਵੇ ਵੀ ਕੀ ਚੱਲ ਰਿਹਾ ਸਭ ਕੌਂਸੂਲੇਟ ਔਰ ਜਿਹੜੇ ਰਾ ਦਾ ਡੈਸਕ ਹੁੰਦਾ ਜਾਂ ਮਿਲਟਰੀ ਇੰਟੈਲੀਜੈਂਸ ਹੁੰਦੀ ਹੈ ਜਾਂ ਪ੍ਰੈਸ ਅਟੈਸ਼ੀ ਹੁੰਦੀ ਹੈ ਇਹ ਸਾਰੇ ਅਲਟੀਮੇਟ ਜ਼ਿੰਮੇਵਾਰੀ ਤਾਂ ਐਮਬੈਸਡਰ ਦੀ ਹੁੰਦੀ ਹੈ ਸੋ ਇਹ ਮੂੰਹ ਬੰਦ ਕਰਨਾ ਕਿਉਂਕਿ ਇਸ ਲੈਵਲ ਦੇ ਜਿਹੜੇ ਟ੍ਰੇਟਰ ਨੇ ਉਹਨਾਂ ਨੂੰ ਸੂਟ ਕਰਦੇ ਨੇ ਸੋ ਅਸੀਂ ਵੀਰ ਨਵਤੇਜ ਸਿੰਘ ਹਰਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਤਿੰਨੋਂ ਹੀ ਨੁਕਤੇ ਜਿਹੜੇ ਚੁੱਕੇ ਉਹ ਬੜੇ ਰੈਲੇਵੈਂਟ ਨੇ ਔਰ ਸਾਨੂੰ ਵੀ ਇਸ ਬਹਾਨੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ ਹੁਣ ਅਸੀਂ ਇਸ ਤੋਂ ਪਹਿਲਾਂ ਕਿ ਇਸ ਖੁਸ਼ ਫਹਿਮ ਇੱਕ ਬੈਜ਼ ਖੁਸ਼ ਫਹਿਮੀ ਵਾਲੀ ਖ਼ਬਰ ਹੀ ਨਹੀਂ ਹੈ ਅਸੀਂ ਬਹੁਤ ਵਾਰ ਦੇਖਦੇ ਆਂ ਵੀ ਕੁਝ ਚੀਜ਼ਾਂ ਦੇ ਡਿਪਲੋਮੈਟਿਕ ਮੈਸੇਜ ਹੁੰਦੇ ਨੇ ਸੁਨੇਹੇ ਹੁੰਦੇ ਨੇ ਇਹ ਵੱਖਰੀ ਗੱਲ ਹੈ ਕਿ ਕੌਣ ਉਸ ਨੂੰ ਕੈਚ ਕਰਦਾ ਹੈ ਕੌਣ ਨਹੀਂ ਕਰਦਾ ਉਸ ਦੀ ਖਬਰ ਲਈਏ ਉਸ ਖਬਰ ਦੀ ਖਬਰ ਜਿਹਦੇ ਵਿੱਚ ਕਿ ਭਾਰਤ ਦੇ ਵਿੱਚ ਅਮਰੀਕਾ ਦੇ ਐਮਬੈਸਡਰ 에ਰਿਕ ਗਾਰਸਿਟੀ ਜਿਹੜੇ ਐਲ.ਏ ਦੇ ਮੇਅਰ ਹੁੰਦੇ ਸੀ ਔਰ ਉਹਨਾਂ ਦੀ ਕਨਫਰਮੇਸ਼ਨ ਦੇ ਵਿੱਚ ਵੀ ਵਕਤ ਲੱਗਾ ਔਰ ਚੋ ਚੁਆਇਸ ਸੀ ਪਿਛਲੇ ਐਡਮਿਨਿਸਟ੍ਰੇਸ਼ਨ ਵੇਲੇ ਵੀ ਹੋ ਔਰ ਇਸ ਵੜੇ ਉਹ ਐਮਬੈਸਟਰ ਨੇ ਉਹ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਔਰ ਉਹਦਾ ਕੀ ਡੀਕੋਡਿੰਗ ਆਫ ਦਾ ਮੈਸੇਜ ਹੈ ਅਸੀਂ ਇਹ ਖਬਰ ਦੁੱਖ ਨਾਲ ਸ਼ੇਅਰ ਕਰ ਰਹੇ ਹਾਂ ਕਿ ਸਾਡੇ ਖਾਲਸਤਾਨੀ ਸੰਘਰਸ਼ ਦੇ ਵੱਡੇ ਯੋਧੇ ਭਾਈ ਪ੍ਰਗਟ ਸਿੰਘ ਨਿਜਰ ਜਿਹੜੇ 80ਵਿਆਂ ਦੇ ਦੌਰ ਦੀ ਜਨਰੇਸ਼ਨ ਹੈ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਸੁਰਜੀਤ ਬਰਨਾਲੇ ਦੀ ਸਰਕਾਰ ਰਾਜੀਵ ਲੋਂਗਵਾਰ ਸਮਝੌਤੇ ਦੀ ਆੜ ਦੇ ਵਿੱਚ ਏਜੰਸੀਆਂ ਨੇ ਪੰਜਾਬ ਦੇ ਵਿੱਚ ਖੜੀ ਕੀਤੀ ਔਰ ਉਦੋਂ ਖਾਸ ਤੌਰ ਤੇ ਬਰਨਾਡੇ ਤੋਂ ਆ ਕੇ ਉਹਨਾਂ ਨੇ ਮਹਾਰਾਸ਼ਟਰਾ ਕਾਡਰ ਦਾ ਆਈਪੀਐਸ ਆਫੀਸਰ ਜੂਲੀਅਸ ਰੋਬੇਰੋ ਉਸ ਨੂੰ ਪੰਜਾਬ ਦੇ ਵਿੱਚ ਲਿਆਂਦਾ ਇਹ ਉਹ ਦੌਰ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਜੂਨ ਦੇ ਪਹਿਲੇ ਹਫਤੇ ਹੋਇਆ ਸੀ ਪੂਰੀ ਜੰਗ ਚੱਲ ਰਹੀ ਸੀ ਜੰਗ ਹਿੰਦ ਪੰਜਾਬ ਔਰ ਜਜ਼ਾਰੂ ਸਿੰਘਾ ਨੇ ਆਪਣੀ 65 ਜਿਹੜੀ ਆ ਉਹ ਸਟੈਬਲਿਸ਼ ਕੀਤੀ ਹੋਈ ਸੀ। ਸੋ ਭਾਰਤੀ ਏਜੰਸੀਆਂ ਨੂੰ ਵੀ ਪਤਾ ਸੀ ਕਿਉਂਕਿ ਇਸ ਦਾ ਰੈਪਿਊਟੇਸ਼ਨ ਜਿਹੜਾ ਰੋਬੈਰੋ ਦਾ ਮਹਾਰਾਸ਼ਟਰਾਚ ਹੁੰਦਿਆਂ ਵੀ ਕਿ ਜੀ ਇਹ ਸਮਗਲਰਾਂ ਗੈਂਗਸਟਰਾਂ ਮਾਫੀਆ ਤੇ ਉਹਦੇ ਖਿਲਾਫ ਬੜਾ ਇਫੈਕਟਿਵ ਹੈ ਸੋ ਉਹਨੂੰ ਬੜੀ ਬਿਗ ਬੈਂਕ ਦੇ ਨਾਲ ਲਿਆਂਦਾ ਗਿਆ ਔਰ ਉਹਨੇ ਵੀ ਆਂਦੇ ਆ ਆਪਣੀਆਂ ਮੁਰਲੀਆਂ ਪ੍ਰੈਸ ਕਾਨਫਰੰਸਸ ਦੇ ਵਿੱਚ ਪਹਿਲਾਂ ਤਾਂ ਅਨਾਉਂਸ ਕੀਤਾ ਕਿ ਜੀ ਇਹਨੇ ਏ ਕਲਾਸ ਏ ਕੈਟਾਗਰੀ ਅਹ ਦੈਸ਼ ਉਹ ਗਰਦਨੇ ਇਨ ਬੀ ਕੈਟਾਗਰੀ ਨੇ ਇਨ ਸੀ ਕੈਟਾਗਰੀ ਨੇ ਫਿਰ ਉਹਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਇਹ ਆਰਡਰ ਕੀਤਾ ਬੁਲੇਟ ਫॉर ਬੁਲੇਟ ਹਾਲਾਂਕਿ ਬਿਲਕੁਲ ਜਿਹੜਾ ਕਿਸੇ ਵੀ ਜਿੱਥੇ ਕਿ ਲਾਅ ਹੁੰਦਾ ਹੈ ਲਾਫਲੈਸ ਸੁਸਾਇਟੀ ਚ ਇਸ ਕਿਸਮ ਦੀ ਗੱਲ ਕੋਈ ਆਲਾ ਅਫੀਸਰ ਕਰੇ ਜਿਹਦੇ ਥੱਲੇ ਪੁਲਿਸ ਹੈ ਹਾਲਾਂ ਉਹਨੇ ਕਿਹਾ ਬਾਤ ਕਿਹਾ ਜੀ ਮੈਨੂੰ ਮਿਸਕੋਡ ਕੀਤਾ ਗਿਆ ਪਰ ਕਹਿੰਦਾ ਮੈਨੂੰ ਇਹ ਚੰਗਾ ਵੀ ਲੱਗਾ ਕਿ ਬਈ ਮੈਸੇਜ ਗਿਆ ਕਿ ਵੀ ਜਿਹੜਾ ਬੁਲੇਟ ਫॉर ਬੁਲੇਟ ਕਿ ਵੀ ਇਹ ਇੱਕ ਕਿਸਮ ਦੀ ਹਰੀ ਝੰਡੀ ਸੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਲਈ ਜਿਹਨੂੰ ਅਮਰੀਕਨ ਲੈਂਗੁਏਜ ਸਟੇਜਡ ਐਨਕਾਊਂਟਰ ਕਹਿੰਦੇ ਨੇ ਤੇ ਜਦੋਂ ਅਸੀਂ ਬ੍ਰਿਟਿਸ਼ ਇੰਗਲਿਸ਼ ਚ ਆਪਣੇ ਚ ਕਰਦੇ ਆ ਤਾਂ ਫੇਕ ਐਨਕਾਊਂਟਰ ਕਹਿੰਦੇ ਨੇ ਇਸ ਲਈ ਇੱਥੇ ਫਿਰ ਵਕੀਲਾਂ ਨੇ ਇਹਦੇ ਲਈ ਲਫ਼ਜ਼ ਫੇਕ ਸਟੇਜਡ ਐਨਕਾਊਂਟਰ ਦੋਨੋਂ ਲਫ਼ਜ਼ੀ ਜੋੜ ਲਏ ਔਰ ਉਹਦੇ ਥੱਲੇ ਰੋਜ਼ਾਨਾ ਜਿਹੜਾ ਇਹ ਬੁਲੇਟ ਫॉर ਬੁਲੇਟ ਦੀ ਪਾਲਿਸੀ ਦੇ ਥੱਲੇ ਦਰਜਨਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਣ ਲੱਗੇ ਔਰ ਪੂਰੀ ਦਹਿਸ਼ਤ ਔਰ ਬੈਰੋ ਨੂੰ ਪੰਜਾਬ ਦੇ ਖਾਸ ਤੌਰ ਤੇ ਉਹ ਹਿੰਦੂਤਵੀ ਲੋਕ ਜਿਹੜਾ ਨੇ ਕਦੇ ਜੂਨ 84 ਦੇ ਫੌਜ ਦੀ ਆਮਦ ਨੂੰ ਵੈਲਕਮ ਕੀਤਾ ਸੀ ਦਰਬਾਰ ਸਾਹਿਬ ਤੇ ਹਮਲੇ ਵਾਲੇ ਫੌਜੀਆ ਨੂੰ ਪੂੜੀਆਂ ਔਰ ਕੜਾ ਔਰ ਕੀ ਕੀ ਜਿਹੜਾ ਉਹਨਾਂ ਦੀਆਂ ਦੀ ਸੇਵਾ ਕੀਤੀ ਸੀ ਉਹਨਾਂ ਨੇ ਵੀ ਬੜਾ ਵੈਲਕਮ ਕੀਤਾ ਹੈ ਔਰ ਇਹ ਸਾਰੇ ਦੇ ਚੱਲਦੇ ਆ ਹਾਲਾਂ ਪਹਿਲਾਂ ਤਾਂ ਰਬੈਰੋ ਨੂੰ ਮੈਸੇਜ ਉੱਥੇ ਜਦੋਂ ਕਿ ਜਲੰਧਰ ਪੀਪੀ ਲਾਈਨਸ ਦੇ ਵਿੱਚ ਰਬੈਰੋ ਦੇ ਉੱਤੇ ਅਟੈਕ ਹੋਇਆ ਜੀ ਹਾਲਾਂ ਇਹ ਕਿਉਂਕਿ ਚਲਾਕ ਵੀ ਸੀ ਔਰ ਆਪਣਾ ਉਹਨੇ ਟੰਗ ਜੇ ਨਾਲ ਜਿਹੜੇ ਸਿੰਘ ਗਏ ਵੀ ਉਹ ਬਿਲਕੁਲ ਫਾਇਰ ਹੋਇਆ ਕੰਦ ਦਾ ਔਲਾ ਸੀ ਔਰ ਇਲਮਾ ਪੈ ਗਿਆ ਉਹਨਾਂ ਨੇ ਸਮਝਿਆ ਕਿ ਬਿੱਡੇ ਪਿਆ ਪਰ ਇਹ ਉਸ ਦਾ ਇੱਕ ਤਰੀਕਾ ਸੀ ਉਹਦੀ ਵਾਈਫ ਵੀ ਸ਼ਾਇਦ ਨਾਲ ਸੀ ਉਹਦੇ ਵੀ ਗੋਲੀ ਲੱਗੀ ਜਾਂ ਜ਼ਖਮੀ ਹੋਈ ਜਾਂ ਕੀ ਹੋਇਆ ਲੇਕਿਨ ਉਹ ਬਚ ਗਿਆ ਹਾਲਾਂ ਜਿੱਦਨ ਉਹਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਉਦਨ ਉਹ ਉਹਦੇ ਚਿਹਰੇ ਤੇ ਕਬਰਾਟ ਹੋਰ ਉਹ ਪੂਰਾ ਦੇਖਿਆ ਜਾ ਸਕਦਾ ਸੀ ਕਿ ਭਾਈ ਕੀ ਹੈ ਔਰ ਉਸ ਤੋਂ ਬਾਅਦ ਜਿਹੜਾ ਉਸ ਨੂੰ ਜਦੋਂ ਇੱਕ ਈਵਨ ਰូមਾਨੀਆ ਦੇ ਵਿੱਚ ਐਮਬੈਸਡਰ ਦੇ ਤੌਰ ਦੇ ਉੱਤੇ ਜਿਹੜਾ ਉਹ ਲਾਇਆ ਗਿਆ ਕਿਉਂਕਿ ਇਸ ਗੱਲ ਦਾ ਧਿਆਨ ਰਹਿ ਕਿ ਭਈ ਇੱਕ ਪਾਸੇ ਜਿਹੜਾ ਉਸ ਵੇਲੇ ਰូមਾਨੀਆ ਦਾ ਐਮਬੈਸਡਰ ਇੰਡੀਆ ਦੇ ਵਿੱਚ ਸੀ ਕਿਉਂਕਿ ਜਜ਼ਾਰੂ ਲਹਿਰ ਦੇ ਇਹ ਕਹਾਣੀਆਂ ਨੇ ਜਿਹੜੀਆਂ ਟਰੂ ਵਾਕਿਆਤ ਨੇ ਰਾਡੂ ਜੀ ਉਸ ਦਾ ਜਿਹੜਾ ਕਿਡਨਾਪਿੰਗ ਹੋਈ ਸੀ ਉਹਦਾ ਵੀ ਰੀਜ਼ਨ ਜਿਹੜਾ ਉਹ ਜ਼ਾਹਰ ਹੈ ਉਸ ਪੀਰੀਅਡ ਦੇ ਵਿੱਚ ਅੱਜ ਜੇ ਅਸੀਂ 30 35 40 ਸਾਲ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਅੱਜ ਇਸ ਨੂੰ ਦੁਨੀਆ ਦੇ ਵਿੱਚ ਜਸਟੀਫਾਈ ਨਹੀਂ ਕੀਤਾ ਜਾਂਦਾ ਪਰ ਉਸ ਵੇਲੇ ਜਿਵੇਂ ਮੈਂ ਕਿਹਾ ਇਵਨ ਹਾਈਜੈਕਿੰਗ ਆਪਣੇ ਬੰਦੇ ਛਡਾਣ ਲਈ ਕਿਸੇ ਨੂੰ ਜਿਹੜਾ ਉਹ ਲੈਣਾ ਆਪਣੇ ਕਸਟਡੀ ਦੇ ਵਿੱਚ ਔਰ 바ਰਗੇਨਿੰਗ ਕਰਨੀ ਹੈ ਕਾਮਨ ਸੀ ਸੋ ਰូមਾਨੀਆ ਦਾ ਜਿਹੜਾ ਰਾਡੂ ਸੀ ਐਮਬੈਸਡਰ ਉਹਨੂੰ ਦਿੱਲੀੋਂ ਲੈ ਗਏ ਸੀ ਸਿੰਘ ਹਾਲਾ ਉਹਨੂੰ ਬਿਲਕੁਲ ਸੇਫਲੀ ਬਾਅਦ ਦੇ ਵਿੱਚ ਛੱਡਿਆ ਗਿਆ ਔਰ ਉਸੇ ਦੌਰ ਦੇ ਵਿੱਚ ਹੀ ਜਿਹੜਾ ਇਹਨੂੰ ਰੀਵਾਰਡ ਦੇ ਤੌਰ ਤੇ ਕਿ ਜੀ ਨੇ ਬੜੀਆਂ ਖੇਮਾਤ ਕੀਤੀਆਂ ਨੇ ਰੂਬੈਰੋ ਇਹਨੂੰ ਰូមਾਨੀਆ ਦੇ ਵਿੱਚ ਐਮਬੈਸਡਰ ਬਣਾ ਕੇ ਇੰਡੀਆ ਦਾ ਭੇਜਿਆ ਗਿਆ ਸੀ ਔਰ ਉੱਥੇ ਜਨਾ ਬਹਾਦਰ ਯੋਧਿਆਂ ਨੇ ਫਿਰ ਉੱਥੇ ਵੀ ਉਸ ਨੂੰ ਨਿਸ਼ਾਨੇ ਤੇ ਲਿਆ ਅਸੀਂ ਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੂਬੈਰੋ ਕਾਂਡ ਜਿਹੜਾ ਉਹੀ ਯਾਦ دہਾਨੀ ਕਰਵਾਉਂਦਾ ਹੈ ਜੋ ਕਿ ਕਦੇ ਸ਼ਹੀਦ ਉਦਮ ਸਿੰਘ ਨੇ ਕਿਵੇਂ 1919 ਤੋਂ ਬਾਅਦ 21 ਸਾਲ ਬਾਅਦ ਯੂਕੇ ਦੀ ਧਰਤੀ ਤੇ ਆ ਕੇ ਬਦਲਾ ਲਿਆ ਸੀ ਹਾਲਾਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਲੋਕ ਅ ਅਖਾਣਾ ਦੇ ਵਿੱਚ ਹੀ ਹੈ ਕਿ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਮਾਰ ਸਕੇ ਨਾ ਕੋਈ ਰੁਬੈਰੋ ਜਲੰਧਰ ਚ ਵੀ ਬਚ ਗਿਆ ਬਾਅਦ ਇੱਥੇ ਵੀ ਗਿਆ ਹਨ ਪੱਜ ਪੁੱਜ ਕੇ ਜ਼ਖਮੀ ਹੋਇਆ ਜਾਂ ਦੂਸਰਾ ਹੋਇਆ ਲੇਕਿਨ ਉਸ ਦੇ ਵਿੱਚ ਇੱਕ ਸਿੰਘ ਮੌਕੇ ਤੇ ਸ਼ਹੀਦ ਹੋ ਗਿਆ ਸੀ ਦੂਸਰੇ ਜਿਹੜੇ ਸਿੰਘ ਜਿਨ੍ਹਾਂ ਨੇ ਜਿਹੜੀ ਹੈ ਕੈਦ ਕੱਟੀ ਔਰ ਉਹਨਾਂ ਚ ਪ੍ਰੋਮਿਨੈਂਟ ਸਿੰਘ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹ ਸਾਰੇ ਚ ਹੁਣ ਉਹ ਜਰਮਨ ਦੇ ਨਿਊਰੰਬਰਗ ਸ਼ਹਿਰ ਦੇ ਵਿੱਚ ਰਹਿੰਦੇ ਨੇ ਭਾਈ ਪ੍ਰਗਟ ਸਿੰਘ ਨਿਜਰ ਅੱਛਾ ਔਰ ਕਾਰੋਬਾਰੀ ਨੇ ਔਰ ਨਿਊਰੰਬਰਗ ਵੀ ਉਹ ਥਾਂ ਹੈ ਜਿੱਥੇ ਜਿਹੜੇ ਨਾਜ਼ੀਆਂ ਨੇ ਜ਼ੁਲਮ ਕੀਤੇ ਸੀ ਉਹਨਾਂ ਦੇ ਨਿਊਰੰਬਰਗ ਟ੍ਰਾਇਲਜ਼ ਉਹਨਾਂ ਨੂੰ ਕਿਹਾ ਜਾਂਦਾ ਹੈ ਔਰ ਮੈਂ ਕੱਲ ਹੀ ਇਹ ਖਬਰ ਜਦੋਂ ਦੇਖੀ ਕਿ ਭਾਈ ਪ੍ਰਗਟ ਸਿੰਘ ਨਿਜਰ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਦੀ ਲਗਭਗ 100 ਸਾਲ ਉਮਰ ਸੀ ਉਹ ਚੜ੍ਹਾਈ ਕਰ ਗਏ ਤੇ ਅੱਜ ਹੀ ਮੈਂ ਪਾਈ ਪ੍ਰਗਟ ਸਿੰਘ ਜੀ ਨਾਲ ਅਫਸੋਸ ਦਾ ਇਜ਼ਹਾਰ ਕਰਨ ਲਈ ਕਾਲ ਕੀਤਾ ਬੜੀ ਲੰਬੀ ਗੱਲਬਾਤ ਹੋਈ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਜਿਨ੍ਹਾਂ ਦਾ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਦੱਸਿਆ ਮਾਤਾ ਜੀ ਬਾਰੇ ਵੀ ਉਹਨਾਂ ਨੇ ਕਿ ਭਾਈ ਇਹ ਬਹੁਤ ਉਹਨਾਂ ਨੇ ਕਿਹਾ ਭਾਈ ਪ੍ਰਗਟ ਸਿੰਘ ਨੇ ਕਿ ਮੈਂ ਤਾਂ 1.5 ਸਾਲ ਦਾ ਸੀ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ ਸੀ ਸਾਡੀ ਮਾਤਾ ਨੇ ਕਿਵੇਂ ਜਫਰ ਜਾਲੇ ਔਰ ਕਿਵੇਂ ਇਸ ਪਰਿਵਾਰ ਨੇ ਸਟਰਗਲ ਕੀਤੀ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਯੂਨਿਕ ਗੱਲ ਹੈ ਕਿ ਭਾਈ ਉਸ ਸਟਰਗਲ ਕਰਨ ਵਾਲੇ ਪਰਿਵਾਰਾਂ ਚੋਂ ਵੀ ਕਿਵੇਂ ਫੇਰ ਪੰਥ ਦੀ ਖidmat ਦੇ ਲਈ ਜਿਹੜੇ ਉਹ ਨਿਕਲੇ ਉਹਨਾਂ ਨੇ ਆਪਣੇ ਪਰਿਵਾਰ ਦੇ ਹੋਰ ਜੀਆਂ ਦਾ ਵੀ ਕਿੰਨਾ ਦਾ ਕੀ ਯੋਗਦਾਨ ਹੈ ਸੋ ਅਸੀਂ ਦਰਸ਼ਕ ਦੇਖ ਸਕਦੇ ਨੇ ਮਾਤਾ ਜੀ ਦੇ ਨਾਲ ਭਾਈ ਪ੍ਰਗਟ ਸਿੰਘ ਹੋਰਾਂ ਦੀ ਤਸਵੀਰ ਵੀ ਉਹਨਾਂ ਦੱਸਿਆ ਕਿ ਕੁਝ ਸਾਲੇ ਪਹਿਲਾਂ ਜਿਹੜੇ ਨੇ ਉਹ ਆਏ ਵੀ ਸੋਨਾਂ ਕੋਲ ਇੱਕ ਵਾਰ ਲੇਕਿਨ ਫਿਰ ਵੀ ਜਦੋਂ ਤੁਸੀਂ ਵਿਛੋੜੇ ਦੀ ਗੱਲ ਦੇਖਦੇ ਹੋ ਕਿ ਕਿਵੇਂ ਉਹਨਾਂ ਮਾਵਾਂ ਦੇ ਲਈ ਜਿਨ੍ਹਾਂ ਦੀ ਕੁੱਖੋਂ ਜਾਇਆ ਨੇ ਕਿੰਨੇ ਵੱਡੇ ਵੱਡੇ ਕਾਰਨਾਮੇ ਕੀਤੇ ਔਰ ਭਾਈ ਪ੍ਰਗਟ ਸਿੰਘ ਉਹਨਾਂ ਨੇ ਆਲਮੋਸਟ 7 ਸਾਲ ਦੇ ਕਰੀਬ ਜੇਲ੍ਹ ਵੀ ਕੱਟੀ ਔਰ ਉਹ ਸਾਰੇ ਚੁਲੇਕਨ ਉਹ ਅੱਜ ਵੀ ਉਹ ਫਖਰ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਜਿਹੜਾ ਕੌਮ ਦੇ ਲਈ ਕੁਝ ਕਰ ਸਕੇ ਸੋ ਅਸੀਂ ਗੁਰੂ ਚਰਨਾਂ ਅੱਚਰਦਾਸ ਕਰਦੇ ਹਾਂ ਕਿ ਸਤਿਗੁਰੂ ਮਾਤਾ ਜੀ ਨੂੰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਔਰ ਇਸੇ ਤਰ੍ਹਾਂ ਹੀ ਭਾਈ ਪ੍ਰਗਟ ਸਿੰਘ ਔਰ ਬਾਕੀ ਸਾਰੇ ਜਦੋਂ ਅਸੀਂ ਜਲਾਵਤਨੀਆ ਦੀ ਕਹਾਣੀ ਕਹਿੰਦੇ ਆ ਤਾਂ ਫਿਰ ਇਹ ਤਾਂ ਅਸੀਂ ਸਾਰੇ ਹੀ ਉਸ ਰਸਤੇ ਤੇ ਪਾਂਦੇ ਆ ਔਰ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਸ ਆਜ਼ਾਦੀ ਨੂੰ ਵਰਣ ਦੇ ਲਈ ਜਿਵੇਂ ਜਦੋਂ ਅਸੀਂ ਜਿੰਦਾ ਸੁੱਖਾਂ ਦੀ ਗੱਲ ਕਰਦੇ ਆ ਜਾਂ ਭਾਈ ਸਤਵੰਦ ਸਿੰਘ ਕੇਰ ਸਿੰਘ ਜੀ ਜਦੋਂ ਤੁਸੀਂ ਫਿਰ ਮੌਤ ਨੂੰ ਵਰਨ ਹੈ ਆਜ਼ਾਦੀ ਦੇ ਲਈ ਖਲੋਣਾ ਤੇ ਫਿਰ ਆਜ਼ਾਦੀ ਮੁਫਤ ਨਹੀਂ ਮਿਲਦੀ ਇਹਦਾ ਮੁੱਲ ਤਾਰਨਾ ਪੈਂਦਾ ਸੋ ਇਹ ਇਹਨਾਂ ਯੋਧਿਆਂ ਦੀ ਵੀ ਵੱਡੀ ਕੁਰਬਾਨੀ ਹੈ ਪਰ ਮੈਂ ਸਮਝਦਾ ਹਾਂ ਵੀ ਮਾਪਿਓ ਔਰ ਦੂਸਰੇ ਜਿਹੜੇ ਉੱਥੇ ਵੀ ਜਦੋਂ ਫਿਰ ਪੁਲਿਸ ਔਰ ਉਹਨਾਂ ਦੇ ਦਬਾਅ ਦਾ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ ਕਿਹਨਾ ਹਾਲਾਤਾਂ ਜੋ ਗੁਜ਼ਰਦੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਹਰ ਇੱਕ ਦੇ ਕੋਲ ਕੋਈ ਕਹਾਣੀ ਕਹਿਣ ਨੂੰ ਹੈ ਔਰ ਹੁਣ ਅਸੀਂ ਟਾਪਿਕ ਵੱਲ ਆਂਦੇ ਐ ਐਰਿਕ ਗਾਰਸਟੀ ਜਿਹੜੇ ਐਮਬੈਸਡਰ ਨੇ ਅਮਰੀਕਾ ਦੇ ਭਾਰਤ ਦੇ ਵਿੱਚ ਔਰ ਟਾਈਮਿੰਗ ਦੋ ਚੀਜ਼ਾਂ ਜਿਨ੍ਹਾਂ ਦੇ ਉੱਤੇ ਹਾਲਾਂ ਬਾਕੀ ਤਾਂ ਕਸਟਮਰ ਹੀ ਹੁੰਦਾ ਹੈ ਦਰਬਾਰ ਸਾਹਿਬ ਇਸ ਵੇਲੇ ਦੁਨੀਆਂ ਦੇ ਨਕਸ਼ੇ ਦੇ ਉੱਤੇ ਜਿਹੜੇ ਮੋਸਟ ਵਿਜ਼ਿਟਡ ਪਲੇਸਸ ਨੇ ਸਾਡੇ ਲਈ ਤਾਂ ਉਹ ਸੱਚਖੰਡ ਹੈ ਸਾਡੇ ਲਈ ਤਾਂ ਦੋ ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਅਸੀਂ ਮੰਗਦੇ ਆਂ ਮੀਰੀ ਪੀਰੀ ਔਰ ਉਹ ਸਾਰਾ ਸਾਡੇ ਤਾਂ ਦਿਲਾਂ ਦੇ ਅੰਦਰ ਹਰ ਮੰਦਰ ਵਸਦਾ ਅਕਾਲ ਤਖਤ ਵਸਦਾ ਹੈ ਲੇਕਿਨ ਈਵਨ ਗੈਰ ਸਿੱਖਾਂ ਦੇ ਲਈ ਇੱਕ ਵੱਖਰੀ ਕਹਾਣੀ ਹੈ ਕਿ ਜਦੋਂ ਕੋਈ ਥਾਂ ਨੂੰ ਤੁਸੀਂ ਟੂਰਿਸਟ ਸਪੌਟ ਵਜੋਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਇੱਕ ਵੱਖਰਾ ਨੈਰੇਟਿਵ ਹੁੰਦਾ ਹੈ ਪਰ ਇਹਦੇ باوجود ਦਰਬਾਰ ਸਾਹਿਬ ਦੀ ਫਜ਼ਾ ਦੇ ਵਿੱਚ ਉਹ ਰੋਹਾਨੀਅਤ ਹੈ ਦਰਬਾਰ ਸਾਹਿਬ ਦਾ ਆਲਾ ਦਵਾਲਾ ਸੇਵਾ ਦਾ ਕੁੰਭ ਜਿਸ ਅ ਨਿਸ਼ਕਾਮਤਾ ਦੇ ਨਾਲ ਸਿੱਖ ਸੰਗਤਾਂ ਉਹ ਪਰ ਕਰਮਾਂ ਦੀ ਸੇਵਾ ਹੋ ਰਹੀ ਹੋਏ ਅਦਰਵਾਈਜ਼ ਸੇਵਾ ਹੋਏ ਔਰ ਉਹ ਲੰਗਰ ਜਿਸ ਨੂੰ ਕਦੇ ਨਿਊਯਾਰਕ ਟਾਈਮਜ਼ ਨੇ ਲਾਰਜੈਸਟ ਈਟਰੀ ਇਨ ਦਾ ਵਰਲਡ ਕੈਸ ਕਿ ਇਹ 1 ਲੱਖ ਤੋਂ 1.5 ਲੱਖ ਲੋਕਾਂ ਲਈ ਰੋਜ਼ਾਨਾ ਗਰਮ ਲੰਗਰ ਤਿਆਰ ਹੁੰਦਾ ਹੈ ਵੀਕਐਂਡਸ ਦੇ ਉੱਤੇ ਇਹ ਗਿਣਤੀ 5 ਲੱਖ ਤੋਂ ਉੱਪਰ ਚਲੀ ਜਾਂਦੀ ਹੈ ਗੁਰਪੁਰਬਾਂ ਤੇ ਇਹ ਮਿਲੀਅਨਸ ਚਲੀ ਜਾਂਦੀ ਹੈ ਕਿੰਨੇ ਟਨਾਂ ਦੇ ਹਿਸਾਬ ਨਾਲ ਅਨਾਜ ਔਰ ਦੂਸਰਾ ਜਿਹੜੀ ਉਹਦੀ ਖਪਤ ਇਹ ਔਰ ਉਸ ਦੇ ਵਿੱਚ ਕਿਵੇਂ ਉਹਨੂੰ ਮੈਨੇਜ ਕੀਤਾ ਜਾਂਦਾ ਹੈ ਕਿਵੇਂ ਆਟੋਮੈਟਿਕਲੀ ਸਭ ਕੁਝ ਹੋ ਰਿਹਾ ਕੋਈ ਕਿਸੇ ਨਾਲ ਖੇਬੜਦਾ ਨਹੀਂ ਕੋਚਾ ਨਹੀਂ ਬੋਲਦਾ ਕਾਰਜ ਦੋ ਪਰੋਣੇ ਆ ਜਾਣ ਤਾਂ ਵਕਤ ਪਿਆ ਹੁੰਦਾ ਹੁਣ ਇਸ ਸਾਰੇ ਨੂੰ ਜਦੋਂ ਜਿਹੜੇ ਲੋਕ ਈਵਨ ਇੱਕ ਟੂਰਿਸਟ ਐਂਗਲ ਤੋਂ ਵੀ ਜਾਂਦੇ ਹੋਣਗੇ ਉਹ ਜਦੋਂ ਦੇਖਦੇ ਨੇ ਤੇ ਉਹ ਉੱਥੋਂ ਦੀ ਰੂਹਾਨੀਅਤ ਦੀ ਫਜ਼ਾ ਦਾ ਦੇ ਵਿੱਚ ਮਰਸ ਹੋ ਜਾਂਦੇ ਨੇ ਬਿਲਕੁਲ ਪਰ ਇਹ ਗੱਲ ਅੱਜ ਦੀ ਨਹੀਂ ਹੈ ਮੈਂ ਜਦੋਂ ਅਸੀਂ ਵਿਜ਼ਿਟਰ ਬੁੱਕ ਦਰਬਾਰ ਸਾਹਿਬ ਚ ਜਿਹੜੇ ਲੋਕ ਖਾਸ ਤੌਰ ਤੇ ਬਹੁਤ ਪਹਿਲਾ ਤੋਂ ਹੀ ਰਹੀ ਹੈ ਦਰਸ਼ਨਾ ਨੂੰ ਆਂਦੇ ਸੀ ਕੋਈ ਹੈੱਡ ਆਫ ਦਾ ਸਟੇਟ ਉਦੋਂ ਇੰਨੇ ਜ਼ਿਆਦਾ ਨਹੀਂ ਸੀ ਆਂਦੇ ਹੁੰਦੇ ਕੋਈ ਕੋਈ ਜਿਨ੍ਹਾਂ ਨੂੰ ਜਿਹੜੇ ਔਰ ਦਿੱਲੀ ਵਾਲੇ ਚਾਹੁੰਦੇ ਵੀ ਨਹੀਂ ਸੀ ਹੁੰਦੇ ਵੀ ਦਰਬਾਰ ਸਭਾਣ ਤੇ ਉਨੀ ਗੱਲ ਵੀ ਨਹੀਂ ਸੀ ਜੂਨ 84 ਤੋਂ ਬਾਅਦ ਤਾਂ ਖੈਰ ਬਹੁਤ ਹਾਈਲਾਈਟ ਹੋਇਆ ਅੱਛਾ ਤੇ ਉਹਦੇ ਚ ਵੀ ਉਹ ਵਿਜ਼ਟਰ ਬੁੱਕ ਹੁੰਦੀ ਸੀ ਉਹਦੇ ਚ ਮੈਂ ਕਈ ਵਾਰ ਮੈਨੂੰ ਆਪਣੇ ਬਚਪਨ ਦਾ ਯਾਦ ਹੈ ਕਿ ਉਹਨਾਂ ਨੇ ਗੁਰਦੁਆਰਾ ਗਜ਼ਟ ਇੱਕ ਪਬਲਿਕੀਸ਼ਨ ਸੀ ਸ਼੍ਰੋਮਣੀ ਕਮੇਟੀ ਦੀ ਹੁਣ ਵੀ ਹੋਣੀ ਹੈ ਉਹਦੇ ਚ ਹੁੰਦਾ ਸੀ ਜੇ ਕਿੰਗ ਆਫ ਨੇਪਾਲ ਆਇਆ ਤੇ ਉਹਨੇ ਆਪਣੇ ਜਿਹੜੇ ਨੇ ਕੀ ਪ੍ਰਭਾਵ ਲਿਖੇ ਜਾਂ ਉਹਨਾਂ ਜ਼ਮਾਨਿਆਂ ਚ ਨਾਸਰ ਹਮ ਕਰਨਲ ਨਾਸਰ ਇਜੀਪਟ ਦਾ ਸੀ ਉਹ ਆਇਆ ਹਾਲਾ ਮੁਸਲਮਾਨ ਸੀ ਲੇਕਿਨ ਕਿਉਂਕਿ ਕਰਨਲ ਸੀ ਸੈਕੰਡ ਵਰਲਡ ਵਾਰ ਵੇਲੇ ਫਸਟ ਵਰਲਡ ਵਾਰ ਵੇਲੇ ਸਿੱਖਾਂ ਨੇ ਮਿਡਲ ਈਸਟ ਸੇਕ ਫਸਟ ਵਰਲਡ ਵਾਰ ਵੇਲੇ ਖਾਸ ਤੌਰ ਤੇ ਪਹੁੰਚੇ ਸੀ ਬਸਰਾ ਔਰ ਦੂਸਰੀ ਲਾਮਤ ਸੋ ਉਦਾ ਇੰਟਰਸ ਸੀ ਉਹਨਾਂ ਦੇ ਕੀ ਪ੍ਰਭਾਵ ਸੀ ਉਹਨਾਂ ਨੇ ਵੀ ਜਿਨ੍ਹਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਹੋਰ ਜ਼ਬਾਨ ਸੀ ਉਹ ਜਿਹੜੇ ਤੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਸੀ ਤੇ ਹਰ ਇੱਕ ਨਹੀਂ ਇੱਕ ਉਸ ਦੇ ਰੋਹਾਨੀ ਇੰਪੈਕਟ ਦੀ ਗੱਲ ਕੀਤੀ ਕਿ ਭਾਈ ਇਹ ਇੱਕ ਰੋਹਾਨੀ ਅਦਸੋਂ ਮੈਂ ਬਹੁਤ ਸਾਰਿਆਂ ਨੂੰ ਹੁਣ ਜੂਨ 84 ਤੋਂ ਬਾਅਦ ਤਾਂ ਬਹੁਤ ਵੱਡੇ ਪੈਮਾਨੇ ਤੇ ਜਿੱਥੇ ਫਿਰ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਨਰਲ ਸੁਬੇਕ ਸਿੰਘ ਪਾਈ ਅਮਰੀਕ ਸਿੰਘ ਜੇ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਦਾ ਇਤਿਹਾਸ ਪੜ੍ਹੇਗਾ ਤੇ ਇੰਦਰਾ ਗਾਂਧੀ ਉਹਨਾਂ ਦੀ ਕੁਇਨ ਆਫ ਸਾਊਥ ਏਸ਼ੀਆ ਬਣਾਈ ਹੋਈ ਸੀ ਉਹਦਾ ਐਂਡ ਕਿਉਂ ਹੋਇਆ ਕੋਈ ਫਿਰ ਦੇਖੇਗਾ ਰੈਫਰੈਂਸ ਕਿਉਂਕਿ ਜੀ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸਿੱਖ ਕਦੇ ਬਖਸ਼ਦੇ ਨਹੀਂ ਜੋ ਹਮਲਾ ਕਰ ਉਹ ਫਿਰ ਦਰਬਾਰ ਸਾਹਿਬ ਵਾਲ ਦੇਖੇਗਾ ਜਦੋਂ ਅਸੀਂ ਦੇਖਦੇ ਹਾਂ ਕਿ ਜੂਨ 84 ਤੋਂ ਬਾਅਦ ਮੈਨੀ ਮੈਨੀ ਫੋਲਡ ਇੰਟਰਨੈਸ਼ਨਲ ਇੰਟਰਸਟ ਵੀ ਹੋਇਆ ਔਰ ਜ਼ਾਹਰ ਹੈ ਕਿ ਭਈ ਜਦੋਂ ਅਸੀਂ ਹਿਊਮੈਨਿਟੇਰੀਅਨ ਐਂਗਲ ਔਰ ਦੂਸਰਾ ਦੇਖਨੇ ਹੈ ਲੰਗਰ ਅਟਰੈਕਟ ਕਰਦਾ ਹੈ ਸੇਵਾ ਦਾ ਪਾਰਟ ਅਟਰੈਕਟ ਕਰਦਾ ਹੈ ਜਦੋਂ ਈਵਨ ਜਿਹੜੇ ਹਿੱਪੀ ਮੂਵਮੈਂਟ ਸੀ 60s ਦੀ ਜਿਹੜੇ ਉਹ ਬੈਕਪੈਕ ਲੈ ਕੇ ਘੁੰਮਦੇ ਸੀ ਉਹਨਾਂ ਚੋਂ ਇੱਕ ਦੋ ਦੇ ਰਾਈਟਰ ਜਿਹੜੇ ਪ੍ਰੋਮਿਨੈਂਟ ਜਰਨਲਿਸਟ ਨੇ ਉਹਨਾਂ ਨੇ ਕਿਹਾ ਜੀ ਜਦੋਂ ਮੈਂ ਹਿੱਪੀ ਸੀ ਤੇ ਮੈਨੂੰ ਕਿਤੇ ਥਾਂ ਨਹੀਂ ਸੀ ਮੈਂ ਦਰਬਾਰ ਸਾਹਿਬ ਇੰਨੇ ਰਾਤਾਂ ਰਿਹਾ ਜਾ ਕੇ ਫੂਡ ਵੀ ਔਰ ਦੂਜਾ ਵੀ ਔਰ ਹੁਣ ਜਦੋਂ ਬੜੇ ਨੇ ਉਹ ਸਾਰੇ ਉਹ ਉਹਨਾਂ ਯਾਦਾਂ ਨੂੰ ਵੀ ਤਾਜ਼ਾ ਕਰਦੇ ਨੇ ਅੱਛਾ ਸੋ ਇਹ ਤਾਂ ਇੱਕ ਰੋਹਾਨੀਅਤ ਦਾ ਤੇ ਸੇਵਾ ਦਾ ਇੰਪੈਕਟ ਪਰ ਹੁਣ ਜਦੋਂ ਅਸੀਂ ਇਹ ਦੇਖਦੇ ਆਂ ਵੀ ਸਿੱਖਾਂ ਦਾ ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦਾ ਇੱਕ ਆਪਣਾ ਪ੍ਰਭਾਵ ਹੈ ਖਾਲਸਾਣ ਦੀ ਮੂਵਮੈਂਟ ਇੰਟਰਨੈਸ਼ਨਲ ਪ੍ਰਪੋਰਸ਼ਨ ਦੀ ਮੂਵਮੈਂਟ ਬਣ ਗਈ ਹੈ ਉਸ ਦੀ ਚਰਚਾ ਔਰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਬਾਅਦ ਜਿਵੇਂ ਇੱਕ ਵੇਵ ਆਫ ਸਿੰਪਥੀ ਫਾਈਨੈਂਸ਼ੀਅਲ ਟਾਈਮਜ਼ ਵਾਸ਼ਿੰਗਟਨ ਪੋਸਟ ਔਰ ਗਾਰਡੀਅਨ ਤੋਂ ਲੈ ਕੇ ਦੁਨੀਆ ਭਰ ਦੀਆਂ ਪਬਲਿਕेशंस ਚ ਹੈ ਹੁਣ ਜਦੋਂ ਵੀ ਕੋਈ ਵਿਜ਼ਿਟ ਹੁੰਦੀ ਹੈ ਹਾਇਰ ਲੈਵਲ ਹਾਲਾਂ ਹੁਣ ਤਾਂ ਉੱਥੇ ਕੋਈ ਸੈਮੀਨਾਰ ਹੋਏ ਦਿੱਲੀ ਚ ਕੋਈ ਐਮਬੈਸਡਰ ਆਣ ਕੋਈ ਫੋਰਨ ਮਿਨਿਸਟਰ ਆਣੋ ਪੂਰੇ ਉਹਨਾਂ ਦੇ ਜਥਿਆਂ ਦੇ ਜਥੇ ਆਏ ਹੁੰਦੇ ਨੇ 40 40 50 ਐਮਬੈਸਡਰ ਐਟ ਵਨ ਟਾਈਮ ਜਿਹੜੇ ਨੇ ਉਹ ਉੱਥੇ ਜਾਂਦੇ ਰਹੇ ਨੇ ਲੇਕਿਨ ਹੁਣ ਦੀ ਜਦੋਂ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਥੱਲੇ ਇੰਡੀਆ ਐਜ਼ ਅ ਰੋਗ ਸਟੇਟ ਜਿਹੜਾ ਐਕਸਪੋਜ਼ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਦਾ ਦੂਸਰਾ ਫੇਜ਼ ਸ਼ੁਰੂ ਹੋਣ ਵੇਲੇ ਅਸੀਂ ਦੇਖਦੇ ਹਾਂ ਕਿ ਜਿਵੇਂ ਇੰਡੀਅਨ ਸਟੇਟ ਨੇ ਬਾਰਡਰ ਨੂੰ ਇੱਕ ਦੁਸ਼ਮਣ ਸਰਹੱਦ ਵਾਂਗ ਬਦਲਿਆ ਹੈ ਔਰ ਉਸ ਦਾ ਕੀ ਪ੍ਰਭਾਵ ਚੱਲ ਰਿਹਾ ਹੈ ਇਹ ਆਪਣੇ ਆਪ ਚ ਇੱਕ ਅਹਿਮਤ ਵਾਲੀ ਗੱਲ ਹੈ ਖਾਲਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਹਵਾਲੇ ਨਾਲ ਜਿਹੜੀ ਹੈ ਇਸ ਵੇਲੇ ਇੱਕ ਮੂਵਮੈਂਟ ਦੁਨੀਆ ਦੇ ਵਿੱਚ ਬਣੀ ਹੋਈ ਹੈ ਹੁਣ ਇਸ ਸਾਰੇ ਦੇ ਵਿੱਚ ਜਦੋਂ ਕੋਈ ਵਿਜ਼ਿਟ ਕਰਦਾ ਹੈ ਔਰ ਉਹ ਉਹਦੇ ਚ ਕੀ ਕਹਿੰਦਾ ਹੈ ਵਿਜ਼ਿਟ ਦੀ ਟਾਈਮਿੰਗ ਇੰਪੋਰਟੈਂਟ ਹੈ ਸੋ ਮੈਂ ਸਮਝਦਾ ਹਾਂ ਵੀ ਇਸ ਵੇੜੇ ਆਲਾ ਐਰਿਕ ਗਾਰਸੇਟੀ ਤਾਂ ਕਦੋਂ ਦਾ ਐਮਬੈਸਡਰ ਉੱਥੇ ਬਣਿਆ ਹੋਇਆ ਸਾਲ ਹੋ ਗਿਆ ਹੁਣ ਜੀ ਲੇਕਿਨ ਇਸ ਵੇੜੇ ਜਾਣਾ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਮੈਸੇਜ ਹੈ ਕਿ ਭਾਈ ਜਿਹੜਾ ਉਹ ਅਸੀਂ ਸਿੱਖ ਕੌਮ ਦੇ ਨਾਲ ਖੜੇ ਹਾਂ ਫੇਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਰਿਸੀਵ ਕੀਤਾ ਗਿਆ ਔਰ ਜਿਵੇਂ ਉਹਨਾਂ ਨੇ ਈਵਨ ਕਮਿਊਨੀਕੇਟ ਕੀਤਾ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਔਰ ਦੂਸਰਾ ਉਹਨਾਂ ਨੇ ਵੀ ਮੰਗ ਕੀਤੀ ਕਿ ਜੀ ਡਾਇਰੈਕਟ ਫਲਾਈਟ ਜਿਹੜੀ ਹੈ ਅਮਰੀਕਾ ਦੇ ਸ਼ਹਿਰਾਂ ਤੋਂ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਲਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਸਿੱਖਾਂ ਦੇ ਲਈ ਇਸ ਦੀ ਜਿਹੜੀ ਹੈ ਉਹ ਕਨਵੀਨੀਅੰਸ ਹੋਏ ਹਾਲਾਂ ਸਾਡੀ ਟੀਮ ਦੇ ਸੱਜਣ ਦੱਸ ਰਹੇ ਸੀ ਕਿ ਭਾਈ ਇੱਕ ਨਿਊ 에ਰਲਾਈਨ ਹੈ ਕੋਈ ਜਿਹੜੀ ਵਾਇਆ ਇਟਲੀ ਜਾਂਦੀ ਹੈ ਔਰ ਇਟਲੀ ਮਿਲਾਨ ਜੀਐਫਕੇ ਤੋਂ ਚੱਲਦੀ ਹੈ ਮਿਲਾਨ ਔਰ ਫਿਰ ਉਹ ਅੰਮ੍ਰਿਤਸਰ ਹੈ ਔਰ ਇਹ ਵੀ ਸ਼ੈਡ ਸਟਾਪ ਓਵਰ ਹੈ ਡਾਇਰੈਕਟ ਫਲਾਈਟਸ ਵੀ ਹੋ ਸਕਦੀਆਂ ਨੇ ਜਿਹਨੂੰ ਇਵਨ ਆਰਿਕ 에ਰਿਕ ਗਾਰਸਟੀ ਨੇ ਜਿੱਥੇ ਐਪਰੀਸ਼ੀਏਟ ਕੀਤਾ ਉਹਨੇ ਕਿਹਾ ਕਿ ਭਈ ਮੈਂ ਮੇਰੇ ਤਾਂ ਸਿੱਖਾਂ ਦੇ ਨਾਲ ਬੜੇ ਪੁਰਾਣੇ ਸਬੰਧ ਨੇ ਮੈਂ ਉੱਥੋਂ ਆਂਦਾ ਵੇਅਰ ਇਜ਼ ਅ ਲਾਰਜ ਪੋਪੂਲੇਸ਼ਨ ਆਫ ਸਿੱਖਸ ਇਨ ਇਨ ਹਿਸ ਹੋਮ ਸਟੇਟ ਆਫ ਕੈਲੀਫੋਰਨੀਆ ਵਿਦ ਹੂਮ ਹੀ ਹੈਡ ਗੁੱਡ ਐਂਡ 올ਡ ਰਿਲੇਸ਼ਨਸ਼ਿਪ ਸਿੱਖਾਂ ਨਾਲ ਤਾਂ ਮੇਰੇ ਬਹੁਤ ਪੁਰਾਣੇ ਸਬੰਧ ਨੇ ਔਰ ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਮੰਗਾ ਹੈ ਔਰ ਇਸ ਦੇ ਉੱਤੇ ਮੈਂ ਜਿਹੜਾ ਉਹ ਐਕਟ ਕਰਾਂਗਾ ਲੇਕਿਨ ਇਸ ਤੋਂ ਵੀ ਅਹਿਮियत ਵਾਲੀ ਇਹ ਵੀ ਸਮਝ ਆ ਸਕਦਾ ਹੈ ਕਿ ਉਹ ਕੰਫਰਟੇਬਲ ਹੈ ਆਲਰੇਡੀ ਸਖਾਂ ਚੋ ਹੀ ਗਿਆ ਹੈ ਐਲ ਐ ਚ ਹੁੰਦੇ ਆ ਉਹਨੂੰ ਵੀ ਪਤਾ ਹੈ ਸੇ ਕੌਣ ਨੇ ਔਰ ਇਹ 에릭 ਗਾਰਸਟੀ ਹਿਊਮਰਾਈਟਸ ਦੇ ਮੁੱਦੇ ਦੇ ਉੱਤੇ ਵੀ ਕਾਫੀ ਵੋਕਲ ਆਵਾਜ਼ ਰਹੀ ਹੈ ਔਰ ਹਮੇਸ਼ਾ ਹੀ ਇਹਨੇ ਇਸ਼ੂ ਇਸ ਦੇ ਉੱਤੇ ਚੁੱਕੇ ਨੇ ਲੇਕਿਨ ਜਿਹੜਾ ਉਹਨੇ ਵਿਜ਼ਿਟਰ ਬੁੱਕ ਦੇ ਵਿੱਚ ਲਿਖਿਆ ਮੈਂ ਜਦੋਂ ਉਸ ਨੂੰ ਕੋਰਟ ਆਨ ਕੋਰਟ ਅੱਜ ਦੀ ਟ੍ਰਿਬਿਊਨ ਨੇ ਇਹ ਖਬਰ ਲਾਈ ਹੈ ਔਰ ਇਹ ਹਾਲਾਂ ਉਹਨਾਂ ਨੇ ਜਿਹੜਾ ਕੋਰਟ ਅਨ ਕੋਰਟ ਹੁੰਦਾ ਹੈ ਕਿ ਉਹਦੇ ਵਿੱਚ ਕੋਈ ਚੇਂਜ ਨਹੀਂ ਹੈ ਉਹੀ ਲਫ਼ਜ਼ ਨੇ ਔਰ ਗਾਰਸੇਟੀ ਨੇ ਜੋ ਵਿਜ਼ਟਰ ਬੁੱਕ ਦੇ ਵਿੱਚ ਲਿਖਿਆ ਉਹਨਾਂ ਨੇ ਕਿਹਾ देयर आर ए ਫਿਊ ਪਲੇਸਿਸ ਇਨ ਦਾ ਵਰਲਡ ਥੈਟ ਆਰ ਟ্রੂਲੀ ਸੈਕ੍ਰੇਟ ਕਿ ਬਹੁਤ ਥੋੜੀਆਂ ਥਾਵਾਂ ਨੇ ਦੁਨੀਆਂ ਚ ਜਿਹੜੀਆਂ ਸੱਚ ਮੁੱਚ ਪਵਿੱਤਰ ਨੇ ਉਹਨੂੰ ਦੁਰਗਾਣਾ ਮੰਦਿਰ ਬਣਾ ਦਿਓ ਤੁਸੀਂ ਦਰਬਾਰ ਸਾਹਿਬ ਦੇ ਮਾਡਲ ਦੇ ਉੱਤੇ ਉੱਥੇ ਬਿਠਾ ਹੁੰਦੀਆਂ ਨੇ ਅੱਜ ਹੀ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ ਉਹਨਾਂ ਆ ਚੱਠਾ ਸਾਹਿਬ ਨਾਲ ਲਿਓ ਕਹਿੰਦੇ ਜੀ ਮੈਂ ਇਟ ਇਸ ਦੇ ਵਿੱਚ ਅੰਮ੍ਰਿਤਸਰ ਸੀ ਜੌਬ ਕਰਦਾ ਤੇ ਮੈਂ ਗਿਆ ਮੈਂ ਕਿਹਾ ਜੀ ਮੈਂ ਵੀ ਉਦੋਂ ਇੱਕ ਵਾਰੀ ਗਿਆ ਉਸ ਕਬੂਤਰਾਂ ਦੀਆਂ ਬਿਠਾਂ ਤੇ ਗੁਟਕੂ ਗੁਟਕਮੀ ਤੁਹਾਨੂੰ ਸੁਣਦੇ ਸੀ ਸਾਰੇ ਉੱਥੇ ਉੱਲੂ ਬੋਲਦੇ ਨੇ ਤੇ ਔਰ ਇਹ ਹੈ ਤੁਸੀਂ ਇੱਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ ਆਰਟੀਫੀਸ਼ੀਅਲੀ ਔਰ ਇਹ ਆਰਸੀਡੀ ਕਹਿੰਦਾ देयर आर ए ਫਿਊ ਪਲੇਸਿਸ ਇਨ ਦਾ ਵਰਲਡ ਥੈਟ ਆਰ ਟ੍ਰੂਲੀ ਸੈਕ੍ਰੇਟ ਸੱਚ ਮੁਝ ਜਿਹੜੇ ਪਵਿੱਤਰ ਨੇ ਦਾ ਗੋਲਡਨ ਟੈਂਪਲ ਇਜ਼ ਰਾਈਟ देयर ਐਟ ਦਾ ਟਾਪ ਆਫ ਥੈਟ ਲਿਸਟ ਜੇ ਦੁਨੀਆ ਦੇ ਵਿੱਚ ਸੱਚ ਮੁਝ ਪਵਿੱਤਰ ਥਾਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਦਰਬਾਰ ਸਾਹਿਬ ਸਰੇ ਫਰਿਸਤ ਹੈ ਔਰ ਟਾਪ ਯੂ ਫੀਲ ਨਾਟ ਓਨਲੀ ਦਾ ਹੌਲੀਨੈਸ ਆਫ ਥਿਸ ਪਲੇਸ ਤੁਸੀਂ ਜਦੋਂ ਇਸ ਦੇ ਪ੍ਰੈਜ਼ੈਂਟ ਚ ਆਂਦੇ ਹੋ ਤੁਸੀਂ ਸਿਰਫ ਇਸ ਥਾਂ ਦੀ ਪਵਿੱਤਰਤਾ ਨੂੰ ਹੀ ਮਹਿਸੂਸ ਨਹੀਂ ਕਰਦੇ ਬਟ ਹਾਊ ਜੈਨਰਸ ਸਰਵਿਸ ਆਫ ਦਾ ਪੀਪਲ ਡਿਫਾਈਨ ਨਾਟ ਓਨਲੀ ਦਾ ਵਰਲਡ ਐਸ ਇਟ ਇਜ਼ ਬਟ ਐਸ ਇਟ ਕੈਨ ਬੀ ਜੋ ਤੁਸੀਂ ਸੇਵਾ ਦਾ ਉਮਾ ਦੇਖਦੇ ਹੋ ਫਿਰ ਤੁਹਾਨੂੰ ਇਹ ਸਮਝ ਆਂਦੀ ਹੈ ਕਿ ਭਾਈ ਇਸ ਕਿਸਮ ਦਾ ਸੰਸਾਰ ਹੋਣਾ ਚਾਹੀਦਾ ਜਿਹੜਾ ਨਹੀਂ ਹੈ ਇਸ ਕਿਸਮ ਦਾ ਹੋਣਾ ਚਾਹੀਦਾ ਮੇ ਦਾ ਹੁਣ ਇਹ ਜਿਹੜੀ ਲਾਈਵ ਹੈ ਇਹਨੇ ਮੈਨੂੰ ਟੁੰਬਿਆ ਮੈਂ ਕਿਹਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਵਾਲਿਆ ਮੈਸੇਜ ਹੈ ਮੇ ਦਾ ਡੀਪ ਫਰੈਂਡਸ਼ਿਪ ਬੀਟਵੀਨ ਦਾ ਯੂਨਾਈਟਿਡ ਸਟੇਟਸ ਐਂਡ ਦਾ ਸਿੱਖਸ ਆਲਵੇਸ ਬ੍ਰਿੰਗ ਪੀਸ ਟੂ ਆਵਰ ਵਰਲਡ ਹੁਣ ਇੱਥੇ ਇੰਡੀਆ ਨਹੀਂ ਹੈ ਕੋਈ ਹੋਰ ਦੀ ਉਨੇ ਕਹੇ ਮੇ ਦਾ ਡੀਪ ਫਰੈਂਡਸ਼ਿਪ ਬੀਟਵੀਨ ਦਾ ਯੂਨਾਈਟਿਡ ਸਟੇਟਸ ਐਂਡ ਦਾ ਸਿੱਖ ਕਿ ਅਮਰੀਕਾ ਤੇ ਸਿੱਖਾਂ ਦੇ ਵਿੱਚ ਜਿਹੜੀ ਇੱਕ ਡੂੰਗੀ ਦੋਸਤੀ ਹੈ ਜੀ ਮੇ ਦਾ ਡੀਪ ਫਰੈਂਡਸ਼ਿਪ ਬੀਟਵੀਨ ਯੂਨਾਈਟਿਡ ਸਟੇਟਸ ਐਂਡ ਦਾ ਸਿੱਖ ਆਲਵੇਜ਼ ਬ੍ਰਿੰਗ ਪੀਸ ਟੂ ਆਵਰ ਵਰਲਡ ਕਿ ਇਸ ਦੋਸਤੀ ਦੀ ਬਦੌਲਤ ਜਿਹੜੀ ਬੜੀ ਡੂੰਗੀ ਹੈ ਦੁਨੀਆ ਦੇ ਵਿੱਚ ਸਦੀਵੀ ਅਮਨ ਆਏ ਸਦੀਵੀ ਸ਼ਾਂਤੀ ਆਏ ਵਿਦ ਡੀਪ ਰਿਸਪੈਕਟ ਐਂਡ ਫਰੈਂਡਸ਼ਿਪ ਸੋ ਮੈਸੇਜ ਤਾਂ ਹੈ ਉਹਨਾਂ ਨੇ ਦੇ ਦਿੱਤਾ ਹੈ ਕਿ ਸਿਕਸ ਐਜ਼ ਅ ਸੈਪਰੇਟ ਐਂਟੀਟੀ ਫ্রম ਦਾ ਸਿਸਟਮ ਆਫ ਇੰਡੀਆ ਅਮਰੀਕਾ ਦਾ ਐਮਬੈਸਡਰ ਉਹਨੂੰ ਰੈਕਗਨਾਈਜ਼ ਕਰਦਾ ਹੈ ਹੁਣ ਇਹ ਦੇਖਣਾ ਹੈ ਕਿ ਭਾਈ ਇਹ ਜਿਹੜੀਆਂ ਜਿਹੜੇ ਹਿੰਟਸ ਥਰੋ ਹੁੰਦੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਿਹੜਾ ਕੰਮ ਕਰਨ ਦੀ ਲੋਡ ਹੁੰਦੀ ਹੈ ਫਰਦਰ ਹਾਂ ਇਹ ਸਾਡੇ ਲਈ ਇੱਕ ਪੋਜ਼ਿਟਿਵ ਸਾਈਨ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਚਾਰ ਸਾਡੇ ਦਰਸ਼ਕਾਣਾ ਸਾਡੇ ਕਿਤੇ ਨੇ ਸੋ ਇਥੇ ਲੈਨੇ ਬ੍ਰੇਕ ਹੋਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਿਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਪਿਓਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀਏ ਜੀ 4 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀਏ ਜੀ 4 ਦੀ ਚਰਤੀਕਾ ਲਈ ਵਾਧਾ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ ਟੀਵੀਏ 4.tv ਤੇ ਜਾ ਕੇ ਪੇਪਲ ਦੀ ਫੰਡ ਟਾਈਮ ਟੁਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-0137th Ave Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵੀ ਸੰਪਰਕ ਕਰ ਸਕਦੇ ਹੋ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4ta.tv ਅਸੀਂ ਤੁਹਾਡੇ ਤੈਦਰ ਤੂ ਸ਼ੁਕਰਗੁਜ਼ਾਰ ਹੋਵਾਂਗੇ ਸੋ ਅਸ ਇਥੇ ਲੈਣਾ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣ ਮਿਲਦੇ ਆਂ ਛੋਟੇ ਜਿਹੇ ਬ੍ਰੇਕ ਦਬਾ